जगबानी टीवी देख रहे सारे ही दर्शकों नूं प्यार भरी सत श्री अकाल। मैं तुहाडी होस्ट नेहा मनहास ते जगबानी राहीं असीं हमेशा तुहानूं बहुत सारे कलाकारां नाल तुहाडी मुलाकात करवाने आ, तुहाडी मुखातिब करवाने आ। सो अज जिन्हां नाल मैं तुहाडी मुलाकात करवाउण जा रही हाँ मेरे परसनल बहुत फेवरेट ने और साडी पंजाबी फिल्म इंडस्ट्री दे वी, क्योंकि कहिंदे कि मिस्टर कूल ने अजिहे इंसान ने कि बिना किसी बर्डन तो अपने ते भी कोई बर्डन नहीं लैंदे ना अगले ते दिंदे आ, और बहुत ईजी वे नाले काम करदे। इन्हां दा तरीका सब नूं बहुत पसंद है, सब इन्हां नूं मिस्टर कूल कहिंदे आ। सो कौन ने एंड तुहानूं एक होर हिंट दे दिंदी आ कि हाल ही विच फिल्म हुई है रिलीज़ मुकलावा, सो उसनों इन्होंने डायरेक्ट किया है। उस तो पहले भी साड़ी इंडस्ट्री नू बहुत ज़्यादा बेहतरीन प्रोजेक्ट्स दिते हुए ने। मैं गल कर रही हूँ सिमरजीत सिंह सर की, थोड़ा बहुत बहुत स्वागत है सर। सत श्री अकाल ते जगबानी टीवी दे सारे दर्शकों नू प्यार भरी सत श्री अकाल। किवें हो सर? बहुत वधिया, बिल्कुल बहुत खुश है इत्थे आके। उदा भी खुश होना चाहिए, मुकलावा मैं थर्ड वीक च आ गई है ना। हाँ, बिल्कुल बहुत खुशी होंगी है जो कोई आपका किया हुआ काम एप्रीशिएशन मिलती है तो अच्छा लगता, और दर्शक बहुत फिल्म की प्रेज कर रहे हैं तो बहुत वधिया लग रहा। मुबारक तुहानू बहुत बहुत। थैंक यू वेरी मच। अच्छा, जो फिल्म कॉन्सैप्ट थोड़े को आया तो तुम्हें लगता सीगा कि बहुत वधिया इन्ना भरवा हुंगारा इन मिलेगा? बिल्कुल थोड़ा जहा लग रहा है कि जी चीज़ का कॉन्सैप्ट जी चीज़ नाम है ऑडियंस न थोड़ा मतलब अट्रैक्ट करेगा, क्योंकि मैं काफ़ी चीज़ों को पता किया कि मुकलावा किसी को पता ही नहीं ਹੁੰਦਾ ਕੀ ਹੈ, ਤਾਂ ਇਸ ਕਰਕੇ ਟਾਈਟਲ ਨੇ ਮਤਲਬ ਉਹ ਕੀਤਾ ਹੈ ਨਾ, ਟਾਈਟਲ ਨੇ ਅਟਰੈਕਟ ਕੀਤਾ। ਉਹਦੇ ਅੰਦਰ ਜੋ ਸਟੋਰੀ ਹੈ, ਸਟੋਰੀ ਦੇ ਅੰਦਰ ਵੀ ਉਹ ਥੋੜਾ ਜਿਹਾ ਲੋਕਾਂ ਵਾਸਤੇ ਵੀ ਅੱਛਾ ਆ ਹੁੰਦਾ। ਅੱਜ ਦਾ ਹੁਣ ਜਿਹੜਾ ਯੂਥ ਆ ਤੁਸੀਂ ਦੇਖਦੇ ਆ, ਮਤਲਬ ਪ੍ਰੈਜ਼ੈਂਟ ਲਵ ਲਿਵਨ ਰਿਲੇਸ਼ਨਸ਼ਿਪ, ਹੁਣ ਉਹਨਾਂ ਨੂੰ ਜਦੋਂ ਪਤਾ ਲੱਗਦਾ ਕਿ ਤੁਹਾਡੀ ਵਿਆਹ ਹੋ ਗਿਆ, ਤੁਹਾਡੀ ਵਾਈਫ ਨੂੰ ਲੈ ਗਏ ਨੇ, ਕਹਿਣਗੇ ਇੱਕ ਸਾਲ ਬਾਅਦ ਲੈ ਕੇ ਆਵਾਂਗੇ ਅਤੇ ਤੁਸੀਂ ਇਹਦੀ ਸ਼ਕਲ ਵੀ ਨਹੀਂ ਦੇਖੀ। ਹਾਂ, ਤਾਂ ਨਵਿਆਂ ਨੂੰ ਵੀ ਐਕਸਾਈਟਮੈਂਟ ਹੁੰਦੀ ਯਾਰ ਦੇਖੀਏ ਤਾਂ ਦੇਖੀ, ਤਾਂ ਇਸ ਕਰਕੇ ਸੋ ਥੋੜ੍ਹਾ ਜਿਹਾ ਸਾਨੂੰ ਸਾਰੀ ਟੀਮ ਨੂੰ ਸੀਗਾ ਕਿ ਅੱਛਾ ਰਿਜ਼ਲਟ ਆਏਗਾ। ਅੱਛਾ, ਪਰ ਦੋ ਫਿਲਮਾਂ ਵੱਡੀਆਂ ਫਿਲਮਾਂ ਸੇਮ ਡੇ 'ਤੇ ਕਲੈਸ਼ ਸੀਗੇ, ਤੁਹਾਨੂੰ ਉਦੋਂ ਕਿੰਨਾ ਕੁ ਮਤਲਬ ਲੱਗ ਰਿਹਾ ਸੀ ਕਿ ਹਾਂ ਚਲੋ, ਕਿਉਂਕਿ ਜਿਹੜੀ ਨਾਲ ਫਿਲਮ ਸੀਗੀ ਮੁਕਲਾਵਾ ਦੇ ਉਹ ਵੀ ਬਹੁਤ ਅੱਛੀ ਐਕਟਰ ਸੀਗੇ ਉਹਦੇ ਵਿੱਚ, ਹੈ ਨਾ, ਸਟਾਰਕਾਸਟ ਜਿਹੜੀ ਹੈ ਵੱਡੀ ਸੀਗੀ। ਮੁਕਲਾਵਾ ਦੇ ਵਿੱਚ ਵੀ ਬਹੁਤ ਵਧੀਆ ਸਟਾਰਕਾਸਟ ਸੀ, ਡਾਇਰੈਕਟਰ ਅੱਛੇ ਸੀਗੇ, ਹੈ ਨਾ, ਪੂਰਾ ਆਪਣਾ ਕਹਿ ਸਕਦੇ ਹਾਂ ਕਿ ਵਧੀਆ ਇੱਕ ਪ੍ਰੋਡਕਸ਼ਨ ਹਾਊਸ ਸੀਗਾ। ਸੋ ਲੱਗ ਰਿਹਾ ਸੀ ਕਿ ਕਿਤੇ ਨੁਕਸਾਨ ਹੋ ਸਕਦਾ ਜਾਂ ਸੀਗਾ, ਕੌਨਫੀਡੈਂਟ ਸੀਗੇ ਬਿਲਕੁਲ ਕਿ ਨਹੀਂ ਵਧੀਆ ਹੀ ਜਾਊਗੀ? ਨਹੀਂ, ਡਰ ਤਾਂ ਲੱਗਦਾ ਹੀ ਹੈ ਜਦੋਂ ਮਤਲਬ ਵੱਡੇ ਦੋ ਮਤਲਬ ਕੰਪੀਟੀਟਰ ਆਪਸ ਟਕਰਾਉਂਦੇ ਨੇ, ਤਾਂ ਡਰ ਲੱਗਦਾ ਕਿ ਐਂ ਵੀ ਸੀਗਾ ਵੀ ਸਾਨੂੰ ਵੀ ਅੱਛੀ ਚੀਜ਼ ਬਣਾਈ ਆ ਤਾਂ ਸੈਪਰੇਸ਼ਨ ਹੋ ਸਕਦੀ ਹੈ, ਪਰ ਫਿਰ ਵੀ ਇੱਕ ਡਰ ਦਾ ਲੋਸ ਤਾਂ ਹੁੰਦਾ ਹੀ ਆ ਵੀ ਸ਼ਾਇਦ ਪਤਾ ਨਹੀਂ ਕੀ ਸਾਹਮਣੇ ਕਿੰਨਾ ਵਧੀਆ ਹੋਏਗਾ, ਤਾਂ ਉਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਅੱਗੇ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਨਾ ਹੋਵੇ, ਕਿਉਂਕਿ ਸਾਡੇ ਕੋਲ ਬਹੁਤ ਸਾਰੇ ਦਿਨ ਨੇ ਅਤੇ ਅੱਗੇ ਮੈਂ ਤਾਂ ਇਹੀ ਕਹੂੰਗਾ ਕਿ ਨਾ ਹੋਵੇ ਇਸ ਤਰ੍ਹਾਂ ਦੇ ਕਲੈਸ਼ਿਸ, ਅਤੇ ਅਲੱਗ ਅਲੱਗ ਫਿਲਮਾਂ ਰਿਲੀਜ਼ ਹੋਣ ਸਾਰੀਆਂ ਆਪਦੇ ਆਪਦੀਆਂ ਸੈਪਰੇਸ਼ਨ ਪਾਉਣ, ਵਧੀਆ ਰੈਕੋਗਨਾਈਜ਼ ਪਾਉਣ ਫਿਲਮਾਂ, ਅਤੇ ਇਹੀ ਇੱਛਾ ਹੈ। ਪਰ ਸਿਮਰ ਸਰ, ਅਸੀਂ ਦੇਖ ਰਹੇ ਹਾਂ ਕਿ ਇਸ ਸਾਲ ਵੱਡੀਆਂ ਵੱਡੀਆਂ ਫਿਲਮਾਂ ਆਪਸ 'ਚ ਕਲੈਸ਼ ਹੋ ਰਹੀਆਂ, ਇਹਦੇ ਪਿੱਛੇ ਕੀ ਰੀਜ਼ਨ ਹੈ? ਰੀਜ਼ਨ ਸਿਰਫ ਮੈਨੂੰ ਇੰਨਾ ਕੀ ਲੱਗਦਾ ਕਿ ਕਾਫੀ ਸਾਰੇ ਪ੍ਰੋਡਕਟ ਬਣ ਰਹੇ ਨੇ ਔਰ ਡੇਟਸ ਜਲਦੀ ਜਲਦੀ ਬਲੌਕ ਕਰ ਰਹੇ ਨੇ ਲੋਕ, ਪ੍ਰੋਜੈਕਟ ਬਣ ਰਿਹਾ ਜਾਂ ਨਹੀਂ ਬਣ ਰਿਹਾ ਡੇਟ ਬਲੌਕ ਕਰ ਲਓ, ਇਸ ਕਰਕੇ ਫਿਰ ਹੁਣ ਇੱਕ ਸਰਟਨ ਹੈ ਕਿ ਫਿਲਮ ਬਣੀ ਆ, ਜੇ ਸਾਨੂੰ ਐਂ ਕਿ ਨਵੰਬਰ ਤੱਕ ਅਕਤੂਬਰ ਤੱਕ ਡੇਟ ਮਿਲ ਗਈ ਤਾਂ ਠੀਕ ਆ, ਹੁਣ ਅਸੀਂ ਉਸ ਤੋਂ ਅੱਗੇ ਅਗਲੇ ਸਾਲ ਜਦੋਂ ਫੈਬ ਦੇ ਵਿੱਚ ਕੀ ਹੈ ਕਿ ਦਸੰਬਰ ਜਨਵਰੀ ਫਰਵਰੀ ਥੋੜ੍ਹਾ ਜਿਹਾ ਸਾਡੇ ਵਾਸਤੇ ਓਵਰਸੀਜ਼ 'ਚ ਠੰਡ ਵਧਣ ਕਰਕੇ, ਪੰਜਾਬ 'ਚ ਵੀ ਠੰਡ ਵਧਣ ਕਰਕੇ ਥੋੜ੍ਹੀ ਆਡੀਅੰਸ ਦਾ ਰੁੱਖ ਘੱਟ ਜਾਂਦਾ ਪੰਜਾਬੀ ਇੰਡਸਟਰੀ ਦਾ, ਅਤੇ ਇਸ ਕਰਕੇ ਸੋਚਦੇ ਹਾਂ ਫਿਰ ਸਾਨੂੰ ਇਹ ਕਿ ਅਗਲੇ ਸਾਲ ਫਿਲਮ ਲੈ ਕੇ ਜਾਈਏ, ਫਿਰ ਆਦਮੀ ਸੋਚਦਾ ਵੀ ਇੰਨਾ ਚਿਰ ਫਿਲਮ ਕਿਉਂ ਰੱਖੀਏ, ਦੇਖੋ ਅਕਸਰ 4-5 ਕਰੋੜ ਰੁਪਏ ਦੀ ਇਨਵੈਸਟਮੈਂਟ ਹੋ ਚੁੱਕੀ ਹੈ, ਤਾਂ ਕਹਿੰਦਾ ਵੀ ਪ੍ਰੋਡਕਟ ਵੀ ਪੁਰਾਣਾ ਹੋ ਜਾਂਦਾ, ਆਡੀਅੰਸ ਭੁੱਲ ਵੀ ਜਾਏਗੀ, ਲੇਕਿਨ ਜਲਦੀ ਜਲਦੀ ਪਲੇਸਮੈਂਟ ਕਰਕੇ ਚਲੋ ਕਿਸੇ ਦੇ ਨਾਲ ਕੁਛ ਤਾਂ ਰਿਜ਼ਲਟ ਮਿਲੇ। ਚਲੋ ਉਮੀਦ ਕਰਦੇ ਹਾਂ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਇੱਦਾਂ ਨਾ ਹੋਵੇ, ਹੈ ਨਾ, ਪ੍ਰੋਪਰ ਟਾਈਮ ਮਿਲੇ ਹਰ ਇੱਕ ਪ੍ਰੋਜੈਕਟ ਨੂੰ, ਕਿਉਂਕਿ ਆਪਣੀ ਹੀ ਫੈਮਿਲੀ ਹੈ ਪੂਰੀ। ਬਿਲਕੁਲ, ਪੂਰਾ ਸਾਰਾ ਪਰਿਵਾਰ ਹੈ, ਵੈਸੇ ਪੰਜਾਬੀ ਇੰਡਸਟਰੀ ਹੈ, ਸਾਰੇ ਇੱਕੋ ਨੇ, ਇਹਨੂੰ ਸਾਰੇ ਉੱਪਰ ਚੁੱਕ ਰਹੇ ਨੇ ਔਰ ਆਪਾਂ ਆ ਰਹੀ ਹੈ ਚੀਜ਼ ਜੀ, ਔਰ ਅਸੀਂ ਉਮੀਦ ਕਰਦੇ ਹਾਂ ਕਿ ਜਿੰਨੇ ਵਧੀਆ ਪ੍ਰੋਜੈਕਟਸ ਹੁਣ ਬਣ ਰਹੇ ਨੇ ਅੱਗੇ ਵੀ ਇਸ ਤੋਂ ਜ਼ਿਆਦਾ ਵਧੀਆ ਔਰ ਐਕਸਪੈਰੀਮੈਂਟਲ ਜਿਹੜੀ ਚੀਜ਼ਾਂ ਹੋਣ ਔਰ ਲੋਕ ਇਸਨੂੰ ਐਕਸੈਪਟ ਵੀ ਕਰਨ। ਬਿਲਕੁਲ। ਅੱਛਾ, ਇੱਕ ਗੱਲ ਹੈ, ਤੁਹਾਨੂੰ ਜਿਹੜੇ ਵੀ ਸਟਾਰਸ ਤੁਹਾਡੇ ਨਾਲ ਕੰਮ ਕਰਦੇ ਨੇ ਕਹਿੰਦੇ ਨੇ ਕਿ ਸਿਮਰਜੀਤ ਅਤੇ ਮਿਸਟਰ ਕੂਲ ਨੇ, ਹੁਣ ਇਹ ਮਿਸਟਰ ਕੂਲ ਆਪ ਦੱਸਣ ਕਿ ਇੰਨੀ ਕੂਲਨੈਸ ਕਿੱਥੋਂ ਲਿਆਉਂਦੇ ਨੇ? ਮੈਂ
ਕੀ ਦੱਸ ਸਕਦਾ ਫਿਰ ਵੀ ਮਤਲਬ ਮੈਂ ਜਿੱਦਾਂ ਆਪਾਂ ਹੈ ਨਾ ਨਿੱਕਾ ਜੈਲਦਾਰ 3 ਦੇ ਸੈੱਟ 'ਤੇ ਮਿਲੇ ਸੀਗੇ, ਐਮੀ ਐਂਡ ਵਾਮਿਕਾ ਨਾਲ ਗੱਲ ਕੀਤੀ, ਕਹਿੰਦੇ ਬਹੁਤ ਜ਼ਿਆਦਾ ਕੂਲ ਹੈ, ਕਦੀ ਕੋਈ ਬਰਡਨ ਨਹੀਂ ਦਿੰਦੇ। ਸੇਮ ਐਮੀ ਔਰ ਸੋਨਮ ਇੱਥੇ ਆਏ ਸੀਗੇ, ਕਹਿੰਦੇ ਕਿ ਉਹ ਹੀ ਇਜ਼ ਮਿਸਟਰ ਕੂਲ, ਸੋਨਮ ਕਹਿ ਰਹੀ ਸੀ ਕਿ ਇਜ਼ ਮਿਸਟਰ ਕੂਲ, ਉਹ ਜਿੰਨੇ ਕੁ ਕੂਲ ਨੇ ਕੋਈ ਹੋਰ ਮੈਨੂੰ ਲੱਗਦਾ ਕਿ ਹੋ ਹੀ ਨਹੀਂ ਸਕਦਾ, ਹਮੇਸ਼ਾ ਈਜ਼ੀ ਵੇ ਨਾਲ ਹਰ ਇੱਕ ਚੀਜ਼ ਜਿਹੜੀ ਹੈ ਈਜ਼ੀਨੈਸ ਨਾਲ ਉਹ ਚੱਲਦੀ ਹੈ। ਬਿਲਕੁਲ, ਕੀ ਹੁੰਦਾ ਕਿ ਜੇ ਸਾਰਿਆਂ ਦਾ ਕੰਫਰਟ ਲੈਵਲ ਅੱਗੇ ਸਹੀ ਰੱਖਾਂਗੇ ਤਾਂ ਆਊਟਪੁੱਟ ਅੱਛੀ ਆਉਂਦੀ ਹੈ, ਪਰਫੋਰਮੈਂਸ ਅੱਛੀ ਆਉਂਦੀਆਂ ਨੇ, ਪ੍ਰੋਡਕਟ ਅੱਛਾ ਬਣਦਾ। ਔਰ ਜੇ ਮੈਂ ਕਹਾਂ ਜਾਂ ਤੁਸੀਂ ਸੋਚਦੇ ਵੀ ਗੁੱਸਾ, ਗੁੱਸੇ ਨਾਲ ਕੰਮ ਤਾਂ ਕਦੇ ਨਹੀਂ ਹੁੰਦਾ, ਹਾਈਪਰ ਹੋ ਕੇ ਕੋਈ ਫਾਇਦਾ ਨਹੀਂ, ਕੰਮ ਨਹੀਂ ਹੁੰਦਾ। ਮਤਲਬ ਆਪਦੇ ਆਪ ਨੂੰ ਪਰੇਸ਼ਾਨ ਕੀਤਾ, ਸਾਹਮਣੇ ਵਾਲੇ ਨੂੰ ਪਰੇਸ਼ਾਨ ਕੀਤਾ, ਉਹਨੂੰ ਕੁਛ ਕਿਹਾ, ਥੋੜ੍ਹਾ ਮੂੰਹ ਮਲਾ ਜਿਹਾ ਖਰਾਬ ਹੋਇਆ, ਅਤੇ ਉਹਦੇ ਨਾਲ ਬੈਟਰ ਹੈ ਕਿ ਰਿਲੈਕਸ ਕੰਮ ਕਰੋ। ਜਿਹੜੀ ਚੀਜ਼ ਜਿੱਥੇ ਅਟਕੀ ਉਹ ਤਾਂ ਅਟਕੀ ਹੋਈ ਹੈ, ਗੁੱਸਾ ਕਰਨਾ ਨਿਕਲ ਨਹੀਂ ਲੱਗੀ, ਤਾਂ ਉਹਦਾ ਹੱਲ ਲੱਭਣਾ ਚਾਹੀਦਾ ਵੀ ਕਿਵੇਂ ਅੱਗੇ ਚੱਲੀਏ। ਔਰ ਸਾਰਿਆਂ ਨਾਲ ਅੱਛਾ ਰਿਲੇਸ਼ਨਸ਼ਿਪ ਰੱਖੋ ਬਣਾ ਕੇ, ਤਾਂ ਜੋ ਕੰਮ ਕਰਦੇ ਰਹੋ, ਤਾਂ ਹੀ ਮਤਲਬ ਵਧੀਆ ਕੰਮ ਹੁੰਦਾ। ਬਿਲਕੁਲ। ਸੋ ਜਦੋਂ ਕਮਰਸ ਦੀ ਸਟੱਡੀ ਤੁਸੀਂ ਕੀਤੀ ਹੈ ਨਾ, ਮੋਗੇ ਤੋਂ ਤੁਹਾਡਾ ਪਿਛੋਕੜ ਹੈਗਾ ਹੈ ਨਾ, ਤਾਂ ਕਮਰਸ ਦੀ ਸਟੱਡੀ ਕਰਨ ਤੋਂ ਬਾਅਦ ਜਦੋਂ ਡਿਸੀਜ਼ਨ ਲਿੱਤਾ ਕਿ ਹਾਂ ਹੁਣ ਮੈਂ ਫਿਲਮੀ ਦੁਨੀਆ ਵਿੱਚ ਜਾਣਾ ਹੈ, ਉਹ ਡਿਸੀਜ਼ਨ ਨੂੰ ਅੱਜ 22 ਸਾਲ ਪਹਿਲਾਂ ਤੁਸੀਂ ਮੁੰਬਈ ਗਏ ਸੀਗੇ ਹੈ ਨਾ, ਅੱਜ ਤੁਸੀਂ ਕਿੰਨਾ ਕੁ ਵਧੀਆ ਸਮਝਦੇ ਕਿ ਉਹ ਡਿਸੀਜ਼ਨ ਲਿੱਤਾ ਮੇਰਾ ਬਹੁਤ ਵਧੀਆ ਨਿਕਲਿਆ? ਨਹੀਂ, ਉਹ ਤਾਂ ਮਤਲਬ 22 ਸਾਲ ਤੋਂ ਵੀ ਮਤਲਬ 32 ਸਾਲ ਵੀ ਹੋ ਗਏ ਹੋਣਗੇ ਸੋਚ ਥੋਟ ਨੂੰ ਵੀ, ਸਟਾਰਟਿੰਗ ਤੁਸੀਂ ਦਿਮਾਗ ਵਿੱਚ, ਬਿਲਕੁਲ ਵੀ ਇਸੇ ਲਾਈਨ 'ਚ ਕੰਮ ਕਰਨਾ, ਵੀ ਕਿਸ ਤਰ੍ਹਾਂ ਕਰਨਾ, ਹਜੇ ਕੁਛ ਆਈਡੀਆ ਨਹੀਂ ਸੀ। ਇੱਕ ਛੋਟੇ ਟਾਊਨ 'ਚ ਰਹਿਣਾ ਜਿੱਥੇ ਲੋਕ ਕੋਈ ਸਾਡੇ ਨੇੜੇ ਤੇੜੇ ਦਾ ਵੀ ਨਹੀਂ ਸੀਗਾ ਇਸ ਏਰੀਏ ਦੇ ਵਿੱਚ, ਹੈ ਨਾ, ਅਤੇ ਸੋਚਦੇ ਸੀ ਵੀ ਕਿਸ ਤਰ੍ਹਾਂ ਹੋਊਗਾ, ਪਰ ਕਰਦੇ 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 ਕੁਛ ਲੋਕ ਜਾਂਦੇ, ਗੱਲਾਂ ਬਾਤਾਂ ਕਰਕੇ ਇੱਕ ਡਿਸੀਜ਼ਨ ਲਿਆ ਵੀ ਕਰਨਾ ਤਾਂ ਇਹੀ ਆ, ਅਤੇ ਪਹੁੰਚੋ। ਅਤੇ ਮਾਇਆ ਨਗਰੀ ਫਿਲਮੀ ਨਗਰੀ ਬੁਲਾ ਰਹੀ ਸੀ, ਪਹੁੰਚੇ ਅਤੇ ਉੱਥੇ ਜਾ ਕੇ ਬਹੁਤ ਸਟਰਗਲ ਕੀਤੀ, ਬਹੁਤ ਮਿਹਨਤ ਸਭ ਨੂੰ ਕਰਨੀ ਪੈਂਦੀ ਹੈ, ਸਭ ਨੇ ਕੀਤੀ, ਉਸੇ ਤਰ੍ਹਾਂ ਮੈਂ ਵੀ ਕੀਤੀ, ਅਤੇ ਉਹਦਾ ਫਲ ਜ਼ਰੂਰ ਮਿਲਦਾ ਸਭ ਨੂੰ। ਉਹ ਤਾਂ ਦੇਖ ਰਿਹਾ, ਬਿਲਕੁਲ ਜਿਹੜਾ ਫਲ ਹੈ ਉਹ ਬਿਲਕੁਲ ਦੇਖ ਰਿਹਾ। ਬਹੁਤ ਵਧੀਆ ਕਹਿ ਸਕਦੇ ਕਿ ਸਾਡੀ ਪੰਜਾਬੀ ਇੰਡਸਟਰੀ ਵਿੱਚ ਤੁਸੀਂ ਇੱਕ ਕੁਝ ਚੁਣਿੰਦਾ ਹੀ ਡਾਇਰੈਕਟਰ ਮੈਂ ਕਹੂੰਗੀ ਜਿਹੜੇ ਹੈਗੇ ਵਧੀਆ, ਹੈ ਨਾ, ਔਰ ਸਭ ਤੋਂ ਉੱਪਰ ਮੈਨੂੰ ਲੱਗਦਾ ਤੁਹਾਡਾ ਨਾਮ ਆਉਂਦਾ ਹੈ ਕਿ ਇੰਨੀ ਵਧੀਆ ਵਧੀਆ ਫਿਲਮਾਂ, ਇੰਨੇ ਵਧੀਆ ਪ੍ਰੋਜੈਕਟ ਸਾਡੀ ਇੰਡਸਟਰੀ ਨੂੰ ਦਿੱਤੇ, ਸਾਡੀ ਆਡੀਅੰਸ ਨੂੰ ਦਿੱਤੇ ਹੋਏ ਆ, ਅਤੇ ਉਹੀ ਕੋਸ਼ਿਸ਼ ਕਰਦੇ ਹਾਂ ਕਿ ਹੋਰ ਆਉਣ ਵਾਲੇ ਵੀ ਜਿਹੜੇ ਨਵੇਂ ਅਪਕਮਿੰਗ ਡਾਇਰੈਕਟਰ ਦਾ ਵਧੀਆ ਕੰਮ ਕਰਨ, ਔਰ ਉਹਨਾਂ ਦਾ ਵੀ ਨਾਮ ਸ਼ੁਮਾਰ ਉੱਪਰ ਆਵੇ ਅਤੇ ਇੰਡਸਟਰੀ ਨੂੰ ਹੋਰ ਗਰੋ ਕਰਨ, ਇਸੇ ਤਰ੍ਹਾਂ ਇੰਡਸਟਰੀ ਪ੍ਰਫੁੱਲਿਤ ਹੁੰਦੀ ਰਹੇ ਤਾਂ ਜੋ ਹੋਰ ਵੱਡੀ ਹੁੰਦੀ ਰਹੇ, ਵੱਡਾ ਹੋ ਜੇ, ਇੰਟਰਨੈਸ਼ਨਲ ਲੈਵਲ 'ਤੇ ਵੀ ਪਹੁੰਚੇ, ਅਸੀਂ ਇਹ ਵੀ ਕਾਮਨਾ ਕਰਦੇ ਹਾਂ ਕਿ ਅੱਛੇ ਪ੍ਰੋਜੈਕਟ ਬਣਦੇ ਰਹੇ। ਬਿਲਕੁਲ, ਅਸੀਂ ਤਾਂ ਇਹੀ ਕਾਮਨਾ ਕਰ ਸਕਦੇ ਹਾਂ, ਬਾਕੀ ਜਿੰਨਾ ਤੁਸੀਂ ਮਿਹਨਤ ਕਰ ਰਹੇ ਹੋ ਤਾਂ ਹੋਰ ਨਵੇਂ ਡਾਇਰੈਕਟਰਸ ਵੀ ਹੈਗੇ ਆ, ਅੱਛੇ ਹੈਗੇ ਆ, ਅੱਛਾ ਕੰਮ ਕਰ ਰਹੇ ਨੇ, ਬਹੁਤ ਅੱਛਾ ਕੰਮ ਕਰਦੇ ਨੇ, ਮੁੰਡੇ ਨਵੇਂ ਆ ਰਹੇ ਨੇ, ਬਹੁਤ ਵਧੀਆ ਕੰਮ ਕਰ ਰਹੇ ਨੇ। ਨਾਮ ਨਹੀਂ ਲੈਣਾ ਚਾਹਾਂਗਾ ਕਿਉਂਕਿ ਬਹੁਤ ਸਾਰੇ ਸਾਰੇ ਦੋਸਤ ਨੇ ਫਿਰ ਕਹਿਣਾ ਮੇਰਾ ਯਾਰ ਨਾਮ ਇਸ ਤੋਂ ਵੀ ਲਿਆ ਨਹੀਂਗਾ, ਅਤੇ ਅੱਛੀ ਟੀਮ ਹੈ ਜਿਹੜੀ ਅੱਗੇ ਹੋਰ ਵੀ ਆ ਰਹੀ। ਅੱਛਾ ਸਿਮਰ ਸਰ, ਸਟਰਗਲ ਦੀ ਤੁਸੀਂ ਗੱਲ ਕੀਤੀ ਇੱਥੇ, ਕਿ ਜਦੋਂ ਮਾਇਆ ਨਗਰੀ ਗਏ, ਮੁੰਬਈ ਗਏ, ਓਬਵੀਅਸ ਸੀ ਉਸ ਵੇਲੇ ਵੀ ਓਬਵੀਅਸ ਸੀ ਕਿ ਹਾਂ ਸਟਰਗਲ ਤਾਂ ਕਰਨਾ ਪੈਣਾ, ਬਿਨਾਂ ਸਟਰਗਲ ਦਾ ਤਾਂ ਕੁਛ ਨਹੀਂ ਮਿਲੂਗਾ, ਪਰ ਫੈਮਿਲੀ ਨੇ ਕਿੰਨਾ ਸਪੋਰਟ ਕੀਤਾ ਤੁਹਾਡੇ ਇਸ ਡਿਸੀਜ਼ਨ ਨੂੰ, ਅਤੇ ਉੱਥੇ ਜਾ ਕੇ ਸਟਰਗਲ ਟਾਈਮ ਦੀ ਕੋਈ ਯਾਦ ਜਿਹੜੀ ਹੋਵੇ ਕਿ ਹਜੇ ਵੀ ਯਾਦ ਹੋਵੇ ਕਿ ਹਾਂ ਮੈਂ ਸਟਰਗਲ ਕੀਤਾ ਸੀ ਉਸ ਦਿਨਾਂ ਵਿੱਚ, ਮੈਨੂੰ ਇਹ ਚੀਜ਼ ਦੇਖਣੀ ਪਈ? ਫੈਮਿਲੀ ਦਾ ਸਪੋਰਟ ਤਾਂ ਚਾਹੀਦਾ ਹੀ ਹੁੰਦਾ ਹਰ ਜਗ੍ਹਾ, ਅਤੇ ਜੇ ਸਪੋਰਟ ਕਰਨ ਤਾਂ ਉਹਦਾ ਬੈਨੀਫਿਟ ਮਿਲਦਾ। ਔਰ ਉੱਥੇ ਜਿਹੜੀ ਇਸ ਲਾਈਨ ਦੀ ਵਿੱਚ ਨਾ, ਅੱਜ ਤਾਂ ਸਭ ਨੂੰ ਪਤਾ ਲੱਗ ਗਿਆ ਕਿ ਆਊਟਪੁੱਟ ਹੈਗਾ, ਮਤਲਬ ਮਨੀ ਵੀ ਹੈ, ਫੇਮ ਵੀ ਹੈ। ਉਸ ਟਾਈਮ ਇੰਨਾ ਨਹੀਂ ਪਤਾ ਸੀ, ਉਸ ਟਾਈਮ ਲੋਕ ਕੀ ਕਹਿੰਦੇ ਸੀ, ਨਹੀਂ ਨਹੀਂ ਯਾਰ ਜਿਹੜੇ ਦਿੱਗਜ ਬਣੇ ਹੋਏ ਨੇ ਵੱਡੇ, ਉਹ ਉਹਨਾਂ 'ਚ ਕੁਛ ਖਾਸ ਗੱਲ ਹੈ, ਵੀ ਜਿਹੜੇ ਆਪਾਂ ਲੋਕ ਹਾਂ ਆਪਾਂ ਨਹੀਂ ਬਣ ਸਕਦੇ। ਮਤਲਬ ਫੈਮਿਲੀ ਹਮੇਸ਼ਾ ਇਹੀ ਕਹਿੰਦੀ ਸੀ ਵੀ ਤੁਸੀਂ ਉਹ ਅਚੀਵ ਨਹੀਂ ਕਰ ਸਕਦੇ, ਉਹਨਾਂ ਨੂੰ ਵੀ ਲੱਗਦਾ ਸੀ ਸ਼ਾਇਦ ਉਸ ਦੌਰ ਦੇ ਵਿੱਚ ਉਹ ਚੀਜ਼ਾਂ ਹੁੰਦੀਆਂ ਹੋਣ, ਪਰ ਅਸੀਂ ਚੈਲੰਜ ਲਿਆ, ਕਰਨਾ ਤਾਂ ਕਰਨਾ ਹੈ, ਅਤੇ ਉਹ ਕੀਤਾ। ਉਸ ਸਮੇਂ 'ਚ ਬਹੁਤ ਕੁਛ ਚੀਜ਼ਾਂ ਹੈਗੀਆਂ ਨੇ, ਯਾਦਾਂ ਦਾ ਬਹੁਤ ਨੇ, ਬਹੁਤ ਲੰਬੀਆਂ ਨੇ, ਕੋਈ ਮਤਲਬ ਰਹਿਣਾ ਇਕੱਠੇ ਹੋ ਕੇ ਰਹਿੰਦੇ ਸੀ, ਜਿਸ ਤਰ੍ਹਾਂ ਬਹੁਤ ਸਾਰੇ ਸਾਰੇ ਆਰਟਿਸਟ, ਡਾਇਰੈਕਟਰ, ਪ੍ਰੋਡਿਊਸਰ ਜੋ ਵੀ ਫਿਲਮ ਲਾਈਨ ਹਿੰਦੀ ਦੇ ਵਿੱਚ ਬੈਠੇ ਨੇ, ਉਦੋਂ ਨੇ ਕੰਮ ਬਹੁਤ ਘੱਟ ਹੁੰਦਾ ਸੀ। ਅੱਜ ਮੀਡੀਆ ਦੇ ਵਿੱਚ ਕੰਮ ਬਹੁਤ ਜ਼ਿਆਦਾ ਆ, ਮਤਲਬ ਅੱਜ ਦੀ ਡੇਟ 'ਚ ਤਾਂ ਮਤਲਬ ਤੁਹਾਨੂੰ ਮਤਲਬ ਅਸਿਸਟੈਂਟਸ ਜਾਂ ਕੋਈ ਵੀ ਕੈਮਰਾਮੈਨ ਲੱਭਣਾ ਪੈਂਦਾ, ਉਸ ਟਾਈਮ ਇੰਨਾ ਨਹੀਂ ਹੁੰਦਾ ਸੀ, ਬਹੁਤ ਸਾਰੇ ਲੋਕ ਲਾਈਨ 'ਚ ਬੈਠੇ ਹੁੰਦੇ ਸੀ, ਮਤਲਬ ਵੀਡੀਓਜ਼ ਬਹੁਤ ਘੱਟ ਬਣਦੇ ਸੀ, ਸੀਰੀਅਲਸ ਬਹੁਤ ਘੱਟ ਬਣਦੇ ਸੀ, ਵੈਬ ਸੀਰੀਜ਼ ਹੈ ਨਹੀਂ ਸੀ, ਐਡਸ ਬਹੁਤ ਘੱਟ ਬਣਦੀਆਂ, ਫਿਲਮਾਂ ਬਹੁਤ ਘੱਟ। ਅੱਜ ਤਾਂ ਉੱਥੇ ਹਰ ਚੀਜ਼ ਦੀ ਭਰਮਾਰ ਹੈ, ਮਤਲਬ ਤੁਹਾਨੂੰ ਕੰਮ ਲੱਭੋ ਤੁਹਾਨੂੰ ਕੰਮ ਮਿਲ ਜਾਂਦਾ, ਸਾਡੇ ਵੇਲੇ ਕੰਮ ਨਹੀਂ ਹੁੰਦਾ,
ਮਤਲਬ ਦਰਵਾਜ਼ਿਆਂ 'ਤੇ ਅਸੀਂ ਖੜ੍ਹੇ ਰਹਿੰਦੇ ਸੀ, ਦੇਖਦੇ ਰਹਿੰਦੇ ਸੀ ਵੀ ਡਾਇਰੈਕਟਰ ਬਾਹਰ ਆਊਗਾ, ਗੱਲ ਕਰਾਂਗੇ। ਮਤਲਬ ਇੰਨੀ ਹਿੰਮਤ ਨਹੀਂ ਹੁੰਦੀ ਸੀ ਕਿਸੇ ਵੱਡੇ ਡਾਇਰੈਕਟਰ ਨਾਲ ਗੱਲ ਕਰਨੀ ਜਾਂ ਪ੍ਰੋਡਿਊਸਰ ਨਾਲ ਵੀ ਇਸ ਤਰ੍ਹਾਂ ਈਜ਼ੀਲੀ। ਅੱਜ ਦੀ ਡੇਟ 'ਚ ਇੱਕ ਚੀਜ਼ ਦੀ ਬੜੀ ਪ੍ਰੋਬਲਮ ਹੈ ਕਿ ਕੋਈ ਵੀ ਮਤਲਬ ਵੱਡੇ ਡਾਇਰੈਕਟਰ ਪ੍ਰੋਡਿਊਸਰ ਨੂੰ ਈਜ਼ੀਲੀ ਮੈਸੇਜ ਫੋਨ ਕਰ ਸਕਦੇ, ਆਰਾਮ ਨਾਲ ਕਰ ਰਹੇ ਨੇ। ਮਤਲਬ ਅਸੀਂ ਡਰਦੇ ਹੁੰਦੇ ਸੀ ਵੀ ਅਸੀਂ ਵੀ 25 ਵਾਰੀ ਸੋਚਣਾ ਵੀ ਸਰ ਬੋਲਾਂਗੇ ਕਿੱਦਾਂ ਵੀ। ਵੱਡੇ ਵੱਡੇ ਨਾਮ ਉਸ ਟਾਈਮ ਦੇ ਵੱਡੇ ਵੱਡੇ ਡਾਇਰੈਕਟਰਸ ਜਿਹੜੇ ਸੀਗੇ, ਸਾਰਿਆਂ ਨੂੰ ਦੇਖਿਆ, ਮਿਲੇ, ਕੰਮ ਮੰਗਿਆ, ਪਰ ਉਹ ਬੜੀ ਮੁਸ਼ਕਿਲ ਹੁੰਦੀ ਸੀ, ਉਹ ਚੀਜ਼ਾਂ ਦੇ ਵਿੱਚ ਦਿੱਕਤ ਆਉਂਦੀ ਸੀ। ਅਤੇ ਅੱਜ ਬੜਾ ਈਜ਼ੀ ਹੋ ਗਿਆ। ਮੈਂ ਤਾਂ ਵਟਸਐਪ ਮੈਸੇਜ ਛੱਡ ਦੇਈਦਾ, ਨੰਬਰ ਲੈ ਕੇ ਵੀ ਸਰ ਮੈਂ ਕੰਮ ਕਰਨਾ ਚਾਹੁੰਦਾ। ਉਸ ਤੋਂ ਫੇਸ ਕਰਨਾ ਪੈਂਦਾ ਪ੍ਰੋਬਲਮ ਨੂੰ ਸਾਹਮਣੇ। ਕਈ ਬੜੇ ਮਤਲਬ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕੂਲ ਬੜੇ ਐਟੀਟਿਊਡ ਇੱਕ ਲੋਕ ਵੀ ਸੀ ਉਸ ਟਾਈਮ, ਬਹੁਤ ਜ਼ਿਆਦਾ ਹੁੰਦੇ ਸੀ, ਅੱਜ ਨਹੀਂ ਹੈ। ਅੱਜ ਤਾਂ ਮਤਲਬ ਯੰਗਸਟਰਸ ਆ ਗਏ ਨੇ, ਮਤਲਬ ਜਲਦੀ ਕੰਮ ਮਿਲ ਜਾਂਦਾ। ਉਸ ਟਾਈਮ ਏਜ ਨਿਕਲ ਜਾਂਦੀ ਸੀ ਵੱਡੇ ਪਲੇਟਫਾਰਮ ਤੱਕ ਪਹੁੰਚਣ ਤੱਕ, ਤਾਂ ਉਹਦੇ ਅੰਦਰ ਐਨਰਜੀ ਜਿਹੜੀ ਗੁੱਸੇ ਵਾਲੀ ਭਰੀ ਰਹਿੰਦੀ ਸੀ, ਤਾਂ ਹਰ ਕਿਸੇ ਨੂੰ ਤਾਂ ਬਹੁਤ ਸਾਰੇ ਡਰ ਲੱਗਦਾ ਸੀ ਵੀ ਸਰ ਇੰਨਾ ਕਹਿਣਾ ਵੀ ਬੜਾ ਮੁਸ਼ਕਿਲ ਹੁੰਦਾ ਸੀ। ਅੱਛਾ, ਨਹੀਂ ਉਸ ਵੇਲੇ ਵੀ ਇੰਨੇ ਮਿਸਟਰ ਕੂਲ ਸੀਗੇ? ਬਿਲਕੁਲ ਬਿਲਕੁਲ, ਉਹ ਤਰੀਕਾ ਸਟਾਰਟਿੰਗ ਤੋਂ ਹੀ ਨਹੀਂ ਚੱਲਿਆ। ਬਿਲਕੁਲ ਬਿਲਕੁਲ, ਇਸੇ ਤਰ੍ਹਾਂ ਹੀ ਮੈਂ ਬੜਾ ਮਤਲਬ ਜਾਂਦੇ ਹੀ ਮੈਂ ਦੇਵਗੰਸ ਪ੍ਰੋਡਕਸ਼ਨ ਦੇਵਨ ਨਾਲ ਹੀ ਜ਼ਿਆਦਾ ਕੰਮ ਕੀਤਾ, ਅਤੇ 11 ਸਾਲ ਉੱਥੇ ਕੰਟੀਨਿਊ ਮਤਲਬ ਬੈਕ ਟੂ ਬੈਕ ਫਿਲਮਾਂ ਕੀਤੀਆਂ। ਸਾਰੀ ਟੀਮ ਸਾਡੀ ਇਕੱਠੀ ਸੀ ਉੱਥੇ ਵੀ, ਮੇਰਾ ਇਸੇ ਤਰ੍ਹਾਂ ਹੀ ਸੀ ਕਿ ਰਹਿਣਾ, ਹਰ ਵਧੀਆ ਕੰਮ ਕਰਦੇ ਰਹੇ। ਅੱਛਾ, ਹੁਣ ਜਿੱਦਾਂ ਰੋਹਿਤ ਸ਼ੈੱਟੀ ਹੋ ਗਏ ਤੁਸੀਂ, ਹੈ ਨਾ, ਇਕੱਠਿਆਂ ਨੇ ਵੀ ਕਾਫੀ, ਹੈ ਨਾ, ਰਹੇ ਹੋ ਤੁਸੀਂ, ਕੰਮ ਕੀਤਾ, ਅਤੇ ਅਨੀਸ਼ ਬਜ਼ਮੀ ਹੁਣੀ ਹੋ ਗਏ ਆ ਉਹਨਾਂ ਨਾਲ, ਹੁਣ ਉਹ ਤੁਹਾਨੂੰ ਦਿੰਦੇ ਨੇ ਆਪਣੀ ਫੀਡਬੈਕਸ ਕਿ ਜਦੋਂ ਤੁਹਾਡੀ ਫਿਲਮਾਂ ਦੇਖਦੇ ਨੇ ਇੱਥੋਂ ਦੀਆਂ, ਫੀਡਬੈਕਸ ਦਿੰਦੇ ਨੇ ਉਹ, ਕੀ ਕਹਿੰਦੇ ਨੇ? ਹਾਂ, ਮਿਲ ਅੱਜ ਕੱਲ੍ਹ ਉਹ ਵੀ ਬਿਜ਼ੀ, ਅਸੀਂ ਬਿਜ਼ੀ, ਬੜਾ ਘੱਟ ਮੁਲਾਕਾਤ ਹੁੰਦੀ ਆ। ਹੁਣ ਰੋਹਿਤ ਨੂੰ ਕਾਫੀ ਟਾਈਮ ਹੋ ਗਿਆ ਮਿਲਿਆ ਵੀ ਨਹੀਂ, ਮੈਂ ਹੁਣ ਸੋਚਦਾ ਸੀ ਜਾ ਕੇ ਮਿਲ ਕੇ ਆਵਾਂ, ਵੀ ਬਿਜ਼ੀ। ਜਦੋਂ ਮੈਂ ਜਾਂਦਾ ਉਹ ਆਊਟਡੋਰ ਸ਼ੂਟ 'ਤੇ ਗਿਆ ਹੁੰਦਾ ਕਦੇ, ਤਾਂ ਮੁਲਾਕਾਤ ਘੱਟ ਹੁੰਦੀ ਆ, ਕਦੀ ਫਿਲਮਾਂ, ਬਿਲਕੁਲ। ਅਤੇ ਉਸੇ ਤਰ੍ਹਾਂ ਹੀ, ਅਤੇ ਅਨੀਸ਼ ਜੀ ਨੂੰ ਕਾਫੀ ਟਾਈਮ ਪਹਿਲਾਂ ਮਿਲਿਆ ਸੀਗਾ, ਉਹਨਾਂ ਨੂੰ ਦੱਸਿਆ ਵੀ ਮੈਂ ਆਹ ਕੰਮ ਕਰ ਰਿਹਾ, ਤਾਂ ਖੁਸ਼ ਹੋਏ। ਮੈਂ ਅਬਾਸ ਮਸਤਾਨ ਜੀ ਨੂੰ ਬੜਾ ਸਟਰਗਲ ਕਰਦਾ ਹੁੰਦਾ ਸੀ ਵੀ ਤੁਸੀਂ ਮੈਨੂੰ ਅਸਿਸਟੈਂਟ ਰੱਖ ਲਓ, ਪਰ ਉਹਨਾਂ ਕੋਲ ਵੈਸੇ ਹੀ ਬੜੀ ਟੀਮ ਵੱਡੀ ਸੀਗੀ, ਤਾਂ ਹਮੇਸ਼ਾ ਕਹਿੰਦੇ ਕੋਈ ਨਹੀਂ, ਨੈਕਸਟ ਫਿਲਮ ਮੈਂ ਦੇਖਦੇ ਹਾਂ, ਨੈਕਸਟ ਫਿਲਮ ਮੈਂ ਦੇਖਦੇ, ਪਰ ਕਦੇ ਕੰਮ ਨਹੀਂ। ਪਰ ਜਦੋਂ ਵੀ ਹੁਣ ਮਿਲਦੇ ਆ ਨਾ, ਤਾਂ ਬੜੇ ਖੁਸ਼ ਹੁੰਦੇ ਆ। ਮੈਂ ਦੱਸਦਾ ਸਰ ਮੈਂ ਮੇਰੀ ਆਹ ਫਿਲਮ ਆਈ, ਆਹ ਫਿਲਮ ਆਈ, ਆਹ ਫਿਲਮ ਆ ਗਈ, ਅੱਛਾ ਯਾਰ, ਵੈਰੀ ਗੁੱਡ ਯਾਰ, ਗੁੱਡ, ਕੀਪ ਲੱਗੇ ਰਹੋ, ਕੰਮ ਕਰੋ, ਅੱਛੀ ਗੱਲ ਹੈ। ਤਾਂ ਇਸ ਤਰ੍ਹਾਂ ਮਤਲਬ ਜਿਹੜੇ ਪੁਰਾਣੇ ਲੋਕ ਨੇ, ਸਾਰੇ ਆਰਟਿਸਟ ਵੀ, ਅਜੇ ਦੇਵਨ ਵੀ, ਕਦੇ ਕਦੇ ਮਿਲਦੇ ਹਾਂ ਜਾ ਕੇ ਤਾਂ ਦੱਸਦੇ ਹਾਂ, ਔਰ ਉਹਨਾਂ ਨੂੰ ਆਲਰੇਡੀ ਪਤਾ ਹੀ ਆ ਕਿ ਜਦੋਂ ਬਾਕਸ ਆਫਿਸ 'ਤੇ ਅੱਜ ਸਾਡੀ ਪੰਜਾਬੀ ਫਿਲਮ ਹੰਗਾਮਾ ਕਰਦੀ, ਤਾਂ ਉੱਥੇ ਤੱਕ ਖ਼ਬਰਾਂ ਪਹੁੰਚਦੀਆਂ। ਅਤੇ ਹੁਣ ਉਹ ਵਾਲੀ ਗੱਲ ਨਹੀਂ ਰਹੀ ਕਿ ਦੱਸਣਾ ਪੈਂਦਾ, ਹੁਣ ਪਤਾ ਕਿ ਕੰਮ ਬੋਲਦਾ ਹੋ ਰਿਹਾ। ਬਿਲਕੁਲ, ਇਹ ਚੀਜ਼ਾਂ। ਸੋ ਹੁਣ ਮੈਂ ਪੰਜਾਬੀ ਇੰਡਸਟਰੀ 'ਤੇ ਵਾਪਸ ਆਉਂਦੀ ਹਾਂ, ਹੈ ਨਾ। ਤੁਹਾਡੀ ਫਿਲਮਾਂ ਨੇ, ਕਾਫੀ ਫਿਲਮਾਂ ਨੇ, ਮੈਂ ਕਹਿ ਸਕਦੀ ਹਾਂ ਕਿ ਰਿਕਾਰਡ ਦਰਜ ਕੀਤੇ ਹੋਏ ਨੇ, ਹੈ ਨਾ, ਚਾਹੇ ਮੈਂ ਡੈਡੀ ਕੂਲ ਮੁੰਡੇ ਫੂਲ ਦੀ ਗੱਲ ਕਰ ਲਵਾਂ, ਅੰਗਰੇਜ਼ ਦੀ ਗੱਲ ਕਰ ਲਵਾਂ, ਜਾਂ ਫਿਰ ਆਪਾਂ ਗੱਲ ਕਰ ਸਕਦੇ ਹਾਂ ਨਿੱਕਾ ਚੱਲਦਾ 2 ਦੀ, 1 ਦੀ ਵੀ ਗੱਲ ਕਰੀਏ, ਹੈ ਨਾ। ਜਦੋਂ ਡੈਡੀ ਕੂਲ ਮੁੰਡੇ ਫੂਲ ਦੀ ਮੈਂ ਗੱਲ ਕਰੂੰਗੀ, ਜਦੋਂ ਡੈਡੀ ਕੂਲ ਮੁੰਡੇ ਫੂਲ ਤੁਸੀਂ ਬਣਾਉਣੀ ਸੀ, ਬਣਾਉਣ ਵੇਲੇ ਹੀ ਦਿਮਾਗ ਵਿੱਚ ਕਦੀ ਗੱਲ ਆਏਗੀ ਕਿ ਰਿਕਾਰਡ ਦਰਜ ਕਰ ਲਏਗੀ ਆਪਣੀ, ਜਦੋਂ ਇਹ ਰਿਲੀਜ਼ ਹੋਏਗੀ ਓਪਨਿੰਗ ਵੀਕ ਵਿੱਚ ਇੰਨੀ ਜ਼ਿਆਦਾ ਕਮਾਈ ਕਰੇਗੀ, ਔਰ ਉਸ ਟਾਈਮ ਦੀ ਆਈ ਥਿੰਕ 5th ਉਹ ਫਿਲਮ ਸੀ, ਹੈ ਨਾ, ਹਾਈਐਸਟ ਜਿਹਨੇ ਕਮਾਈ ਕੀਤੀ ਸੀ, ਕਦੀ ਆਈ ਸੀ ਇਹ ਦਿਮਾਗ ਵਿੱਚ? ਨਹੀਂ, ਰਿਕਾਰਡਸ ਕਦੇ ਵੀ ਸੋਚ ਕੇ ਨਹੀਂ ਸੋਚੀਦੇ ਨਹੀਂ ਸੋਚੀਦੇ ਨਹੀਂ ਹਾਂ, ਬਸ ਇੰਨਾ ਹੁੰਦਾ ਕਿ ਕੰਮ ਅੱਛਾ ਕਰੀਏ, ਅੱਛਾ ਕੰਮ ਕਰਾਂਗੇ ਤਾਂ ਪਤਾ ਹੁੰਦਾ ਕਿਤੇ ਨਾ ਕਿਤੇ ਇਸ ਦੀ ਰੀਚ ਹੋਵੇਗੀ। ਪਰ ਐਕਸਪੈਕਟੇਸ਼ਨ ਇਸ ਤਰ੍ਹਾਂ ਦੀ ਕਦੇ ਕਰਕੇ ਚੱਲਦੇ ਨਹੀਂ। ਅੱਛੀ ਫਿਲਮ ਬਣਾਉਣਾ ਇਹ ਜ਼ਰੂਰ ਸੋਚ ਕੇ ਚੱਲਦੇ ਕਿ ਫਿਲਮ ਅੱਛੀ ਬਣਾਈਏ, ਅਤੇ ਵਧੀਆ ਫਿਲਮ ਬਣੀ, ਬਹੁਤ ਅੱਛਾ ਉਹ ਆਪਦੇ ਟਾਈਮ 'ਚ ਉਹਨੇ ਕੰਮ ਕੀਤਾ। ਔਰ ਉਸ ਟਾਈਮ ਜੇ ਅੱਜ ਦਾ ਦੌਰ ਆ ਵਾਈਡ ਰਿਲੀਜ਼ ਹੋਣਾ ਵਰਲਡ ਵਾਈਡ, ਮਤਲਬ ਬਹੁਤ ਵੱਡੇ ਪਲੇਟਫਾਰਮ 'ਤੇ, ਉਸ ਟਾਈਮ ਇੰਨੀ ਵੱਡੀ ਰਿਲੀਜ਼ ਨਹੀਂ ਹੋਈ ਸੀ, ਫਿਰ ਵੀ ਉਹਨੇ ਆਪਣਾ ਇੱਕ ਨਾਮ ਬਣਾ ਕ੍ਰੀਏਟ ਕੀਤਾ, ਹੈ ਨਾ। ਅਤੇ ਅੱਜ ਦੇ ਟਾਈਮ ਦੀ ਤਾਂ ਮੈਨੂੰ ਲੱਗਦਾ ਕਾਫੀ ਅੱਛਾ ਰਿਸਪੋਂਸ ਮਿਲਦਾ, ਤਾਂ ਉਸੇ ਤਰ੍ਹਾਂ ਹੀ ਉਹਨਾਂ ਦਾ ਪਾਰਟ 2 ਬਣ ਜਾ ਰਿਹਾ। ਜੀ ਬਿਲਕੁਲ, ਉਹਦੇ ਬਾਰੇ ਵੀ ਮੈਂ ਜ਼ਿਕਰ ਜ਼ਰੂਰ ਕਰੂੰਗੀ। ਪਰ ਫਿਲਹਾਲ ਮੈਂ ਜਿੱਦਾਂ ਅੰਗਰੇਜ਼ ਦਾ ਮੈਂ ਜ਼ਰੂਰ ਜਿੱਥੇ ਜ਼ਿਕਰ ਕਰਨਾ ਚਾਹਾਂਗੀ ਕਿ 10 ਹਫ਼ਤੇ ਉਹ ਫਿਲਮ ਰਹੀ ਸੀ ਸਿਨੇਮਾ ਘਰਾਂ ਦੇ ਵਿੱਚ, ਹੈ ਨਾ, ਔਰ ਨਿੱਕਾ ਜੈਲ ਦਾ ਜਿਹੜੀ 2 ਸੀ ਉਹ 7 ਵੀਕਸ ਰਹੀ ਸੀਗੀ। ਸੋ ਬਹੁਤ ਵੱਡੀ ਗੱਲ ਹੈ, ਔਰ
ਇੱਕ ਹੀ ਡਾਇਰੈਕਟਰ ਇੰਨਾ ਟਾਈਮ ਤੱਕ ਕਿਸੇ ਸਕਰੀਨ 'ਤੇ ਆਪਣੀ ਫਿਲਮਾਂ ਚਲਾ ਰਹੇ ਨੇ, ਬਹੁਤ ਵੱਡੀ ਚੀਜ਼ ਹੁੰਦੀ ਹੈ। ਇੰਡਸਟਰੀ ਲਈ ਵੀ ਮਾਣ ਦੀ ਗੱਲ ਹੈ, ਸਾਡੀ ਆਡੀਅੰਸ ਲਈ ਵੀ ਜਿਹੜੇ ਇੰਡਸਟਰੀ ਵਿੱਚ ਬੰਦੇ ਨੇ, ਤੁਹਾਡੇ ਲਈ ਤਾਂ ਚਲੋ ਤੁਹਾਨੂੰ ਤਾਂ ਵਧਾਈਆਂ ਦੇਵਾਂਗੇ ਕਿ ਜਿੰਨੇ ਵੀ ਤੁਸੀਂ ਪ੍ਰੋਜੈਕਟਸ ਹੁਣ ਤੱਕ ਕੀਤੇ ਆ ਬਹੁਤ ਵਧੀਆ ਚੱਲੇ ਨੇ। ਬਿਲਕੁਲ ਬਿਲਕੁਲ, ਬਹੁਤ ਖੁਸ਼ੀ ਹੁੰਦੀ ਆ ਆਪਦੇ ਆਪ ਨੂੰ ਵੀ, ਮਤਲਬ ਅੱਛਾ ਲੱਗਦਾ ਵੀ ਅਸੀਂ ਅੱਛੇ ਪ੍ਰੋਜੈਕਟਾਂ ਦੇ ਨਾਲ ਜੁੜੇ ਹਾਂ। ਬਿਲਕੁਲ, ਅਤੇ ਬੇਸਿਕਲੀ ਤਾਂ ਆਡੀਅੰਸ ਦਾ ਸਾਰਾ ਪਿਆਰ ਹੁੰਦਾ ਜਦੋਂ ਫਿਲਮ ਦੇਖਦੇ ਆ। ਸਾਰੀ ਜਿਹੜੀ ਸਾਡੀ ਧੁੱਪ 'ਚ ਖੜ ਕੇ 25 ਦਿਨ ਅਸੀਂ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਨ ਦੇਣਾ ਖੜਦੇ ਹਾਂ ਨਾ, ਅਤੇ ਉਹ ਜਦੋਂ ਥੀਏਟਰ ਦੇ ਵਿੱਚ ਇੱਕ ਸਮਾਈਲ ਵੀ ਆਉਂਦੀ ਹੈ ਨਾ, ਇੱਕ ਲਾਫਟਰ ਆਉਂਦਾ, ਤਾਂ ਉਦੋਂ ਸਾਡੀ ਸਾਡੀ ਜਿਹੜੀ ਥਕਾਵਟ ਉੱਤਰ ਜਾਂਦੀ ਹੈ। ਵਧੀਆ ਫਲ ਲੱਗ ਰਿਹਾ ਆਪਣੀ ਮਿਹਨਤ। ਹਾਂ ਬਿਲਕੁਲ, ਇਹੀ ਖੁਸ਼ੀ ਹੁੰਦੀ ਕਿ ਦਰਸ਼ਕਾਂ ਦੇ ਮੂੰਹ 'ਤੇ ਖੁਸ਼ੀ ਦੇਖ ਕੇ ਅੱਛਾ ਲੱਗਦਾ। ਜੀ, ਅੰਗਰੇਜ਼ ਦਾ ਮੈਂ ਜ਼ਿਕਰ ਕੀਤਾ, ਅਮਰਿੰਦਰ ਡੈਡੀ ਕੂਲ ਮੁੰਡੇ ਫੁੱਲ ਵਿੱਚ ਵੀ ਹੈ ਨਾ ਅਮਰਿੰਦਰ ਸੀਗੇ, ਅੰਗਰੇਜ਼ ਵਿੱਚ ਵੀ ਅਮਰਿੰਦਰ ਸੀਗੇ। ਇੰਨੇ ਵਧੀਆ ਔਰ ਇੰਨੇ ਹਿੱਟ ਪ੍ਰੋਜੈਕਟਸ ਤੁਸੀਂ ਦਿੱਤੇ ਹੋਏ ਇਕੱਠਿਆਂ ਨੇ, ਹੁਣ ਅਸੀਂ ਵਾਪਸੀ, ਮਤਲਬ ਹੁਣ ਆਪਾਂ ਕਿਉਂ ਨਹੀਂ ਦੇਖ ਪਾ ਰਹੇ ਕਿ ਸਿਮਰਜੀਤ ਔਰ ਅਮਰਿੰਦਰ ਇਕੱਠੇ ਆ ਰਹੇ ਨੇ, ਜਾਂ ਇਨ ਫਿਊਚਰ ਦੇਖਣ ਵਾਲੇ ਹਾਂ? ਬਿਲਕੁਲ, ਕੋਸ਼ਿਸ਼ ਤਾਂ ਜਾਰੀ ਰਹਿੰਦੀ ਹੈ, ਮੈਂ ਵੀ ਸੋਚਦਾ ਰਹਿੰਦਾ ਕੁਛ ਪ੍ਰੋਜੈਕਟ ਵੀ ਇਕੱਠੇ ਕਰੀਏ। ਕੀ ਰੀਜ਼ਨਸ ਕੀ ਹੈ ਕਿ ਹਜੇ ਤੱਕ ਨਹੀਂ ਦੁਬਾਰਾ ਫਿਰ ਕੰਮ? ਨਹੀਂ, ਕੋਈ ਇਸ ਤਰ੍ਹਾਂ ਦਾ ਰੀਜ਼ਨ ਨਹੀਂ ਹੈ, ਮਤਲਬ ਹੁੰਦਾ ਕਿ ਪ੍ਰੋਜੈਕਟ ਇਸ ਤਰ੍ਹਾਂ ਦੇ ਬਣ ਰਹੇ ਨੇ, ਮੈਂ ਉਹ ਆਪਣਾ ਉਹਦੇ 'ਚ ਲੱਗੇ ਹੋਏ ਨੇ, ਮੈਂ ਆਪਣੇ ਇੱਕ ਟਰੈਕ ਚੱਲ ਰਿਹਾ ਵੀ ਨਿੱਕਾ ਸੀਰੀਜ਼ ਚੱਲ ਪਈ ਹੈ, ਹੁਣ ਉਹ ਐਮੀ ਨਾਲ ਹੀ ਹੈ, ਫਿਰ ਉਹ ਐਮੀ ਨਾਲ ਸਕਸੈਸਫੁਲ ਮਿਲ ਰਹੀ ਹੈ, ਤਾਂ ਦੂਜੇ ਵੀ ਨਾਲ ਪ੍ਰੋਜੈਕਟ ਆ ਜਾਂਦੇ, ਫਿਰ ਗਿੱਪੀ ਨਾਲ ਆ ਗਏ ਤਾਂ 2 ਪ੍ਰੋਜੈਕਟ ਆ ਗਏ, ਤਾਂ ਜਲਦੀ ਹੋ ਸਕਦਾ ਇਨ ਫਿਊਚਰ ਬਹੁਤ ਜਲਦੀ ਕੁਛ ਹੋ ਸਕਦਾ, ਕੁਛ ਹੋ ਸਕਦਾ, ਟਾਈਮ ਹੋ ਸਕਦਾ, ਟਾਈਮ ਵੀ ਲੱਗ ਸਕਦਾ ਇਨ ਫਿਊਚਰ। ਕੋਸ਼ਿਸ਼ ਤਾਂ ਸਾਡੀ ਸਾਰਿਆਂ ਨਾਲ ਰਹੀ ਵੀ ਸਾਰਿਆਂ ਨਾਲ ਕੰਮ ਕਰੀਏ, ਇੱਕੋ ਹੀ ਫੈਮਿਲੀ ਹੈ ਸਾਰੇ ਸਾਰੇ ਇਕੱਠੇ ਨੇ। ਜੀ, ਜੇ ਡੈਡੀ ਕੂਲ ਮੁੰਡੇ ਫੁੱਲ 2 ਜਿੱਦਾਂ ਸੀਕੁਅਲ ਇਹਦਾ ਬਣੂਗਾ ਹੈ ਨਾ, ਅਤੇ ਇਹ ਇੰਨਾ ਟਾਈਮ ਕਿਉਂ ਲੱਗਿਆ ਕਿ ਇਹਦਾ ਸੀਕੁਅਲ ਬਣਾਉਣ ਵਿੱਚ, ਐਂਡ ਹੁਣ ਕਿਉਂ ਲੱਗਿਆ ਕਿ ਹਾਂ ਹੁਣ ਇਹ ਪਰਫੈਕਟ ਟਾਈਮ ਹੈ ਕਿ ਅਸੀਂ ਇਹ ਫਿਲਮ ਬਣਾਈਏ ਅਤੇ ਇਹਨੂੰ ਰਿਲੀਜ਼ ਕਰੀਏ? ਨਹੀਂ, ਇੱਕ ਵਾਰੀ ਪਹਿਲਾਂ ਵੀ ਸਟਾਰਟ ਹੋਣ ਲੱਗਿਆ ਸੀਗਾ, ਤੇ ਉਦੋਂ ਥੋੜਾ ਜਿਹਾ ਸੀਕੁਅਲਸ ਦੇ ਵਿੱਚ ਲੋਕ ਡਰਦੇ ਸੀ ਕਿ ਬਣਾਈਏ ਕਿ ਨਾ ਬਣਾਈਏ, ਬਿਲਕੁਲ ਇੱਕ ਬੈਂਚਮਾਰਕ ਜਦੋਂ ਸੈੱਟ ਹੋ ਜਾਂਦਾ ਸੋਚਿਆ ਸੀ, ਫਿਰ ਰਹਿ ਗਿਆ। ਫਿਰ ਹੁਣ ਜਿਵੇਂ ਸਪੀਡਸ ਵਾਪਸ ਵਿੱਚ ਦੀ, ਉਹਨਾਂ ਨੇ ਵੀ ਥੋੜੇ ਜਿਹੇ ਪ੍ਰੋਜੈਕਟ ਬਣਾਉਣੇ ਬੰਦ ਕਰਤੇ ਸੀ ਸਪੀਡ ਰਿਕਾਰਡ ਨੇ, ਤੇ ਹੁਣ ਵਾਪਸ ਉਹ ਆਪਣੀ ਫਾਰਮ 'ਚ ਆਏ ਨੇ, ਤਾਂ ਉਹਨਾਂ ਨੇ ਆਪਣੀ ਇੱਕ ਫਿਲਮ ਬਣਾਈ, ਹੁਣ ਰਿਲੀਜ਼ ਹੋਈ ਹੈ, ਫਿਰ ਦੂਸਰੀ ਬਣਾ ਕੇ ਡੈਡੀ ਨੇ ਹੁਣ ਤੀਸਰੀ, ਅਤੇ ਫਿਰ ਡੈਡੀ ਕੂਲ ਮੁੰਡੇ ਫੁੱਲ 2 ਕਹਿੰਦੇ ਆਪਾਂ ਬਣਾਈਏ ਵੀ ਇਕੱਠੇ ਕੰਮ ਕਰੀਏ, ਆਪਣਾ ਸਕਸੈਸਫੁਲ ਪ੍ਰੋਜੈਕਟ ਹੈ। ਹਾਂਜੀ, ਅਤੇ ਬਿਲਕੁਲ ਅਸੀਂ ਕਿਹਾ ਜ਼ਰੂਰ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ, ਅਤੇ ਕਾਸਟ ਅਜੇ ਅਨਾਊਂਸ, ਹਜੇ ਹਾਂ ਮੈਂ ਕਾਸਟ ਬਾਰੇ ਪੁੱਛਣਾ ਚਾਹ ਰਹੀ ਸੀ ਕਿ ਹਜੇ ਅਨਾਊਂਸ ਨਹੀਂ ਕੀਤੀ, ਅਜੇ ਚੱਲ ਰਹੀ ਹੈ ਸਾਰੀ ਪਲੈਨਿੰਗਸ, ਕੀ ਆਉਂਦਾ ਕੁਛ ਕਹਿ ਨਹੀਂ ਸਕਦੇ। ਚਲੋ ਅਸੀਂ ਉਮੀਦ ਕਰਦੇ ਹਾਂ ਕਿ ਵਧੀਆ ਹੋਵੇਗਾ, ਜੋ ਵੀ ਹੋਵੇਗਾ ਗੁੱਡ ਹੋਵੇਗਾ, ਸਾਰਾ ਕੁਛ ਵਧੀਆ ਹੋਵੇਗਾ। ਅਜੇ ਤੁਸੀਂ ਇੱਕ ਅਜਿਹੇ ਡਾਇਰੈਕਟਰ ਹੋ ਜਿਨ੍ਹਾਂ ਦੇ ਨਾਮ ਮੈਨੂੰ ਲੱਗਦਾ ਕਿ ਤੀਸਰਾ ਸੀਕੁਅਲ ਬਣਾ ਰਹੇ ਹੋ ਹੈ ਨਾ ਨਿੱਕਾ ਸੀਰੀਜ਼ ਦਾ, ਕਿੰਨੀ ਖੁਸ਼ੀ ਹੁੰਦੀ ਹੈ ਔਰ ਕਿੰਨਾ ਕੁ ਪ੍ਰਾਊਡ ਫੀਲ ਹੁੰਦਾ ਕਿ ਜਿਹੜੀ ਮੈਂ ਇੰਨੇ ਸਾਲ ਮਿਹਨਤ ਕੀਤੀ ਆ ਉਹ ਬਿਲਕੁਲ ਸਿਰੇ ਚੜ੍ਹ ਰਹੀ ਆ ਹੁਣ। ਬਿਲਕੁਲ ਬਿਲਕੁਲ, ਬਹੁਤ ਅੱਛਾ ਲੱਗਦਾ, ਦੇਖੋ ਹਾਲੀਵੁੱਡ 'ਚ ਬਣਦੇ ਨੇ, ਬਾਲੀਵੁੱਡ 'ਚ ਬਣਦੇ ਨੇ, ਅਤੇ ਇਹ ਪੰਜਾਬੀ ਇੰਡਸਟਰੀ 3rd ਪਾਰਟ ਪਹਿਲਾਂ ਮੈਂ ਬਣਾਇਆ ਤਾਂ ਬਹੁਤ ਅੱਛਾ ਲੱਗਦਾ। ਅੱਛਾ, ਰਿਸਪੋਂਸੀਬਿਲਟੀ ਕਿੰਨੀ ਜ਼ਿਆਦਾ ਵੱਧ ਜਾਂਦੀ ਹੈ ਬਿਕੋਜ਼ ਨਿੱਕਾ 1 ਨੂੰ ਇੰਨਾ ਵਧੀਆ ਰਿਸਪੋਂਸ ਮਿਲਿਆ, ਨਿੱਕਾ 2 ਨੂੰ ਉਸ ਤੋਂ ਜ਼ਿਆਦਾ ਅੱਛਾ ਰਿਸਪੋਂਸ ਮਿਲਿਆ, ਹੁਣ ਨਿੱਕਾ 3 ਦਾ ਤਾਂ ਜ਼ਿਕਰ ਹੋ ਰਿਹਾ, ਸਾਰੇ ਬੜੇ ਐਕਸਾਈਟਿਡ ਹੈ, ਪਤਾ ਨਹੀਂ ਯਾਰ ਇਸ ਵਾਰ ਆਪਾਂ ਕੀ ਵੇਖਾਂਗੇ ਨਿੱਕਾ ਦੇ ਵਿੱਚ। ਸੋ ਖੁਦ 'ਤੇ ਕਿੰਨੀ ਰਿਸਪੋਂਸੀਬਿਲਟੀ ਮਹਿਸੂਸ ਕਰਦੇ ਹੋ? ਬਿਲਕੁਲ ਬਿਲਕੁਲ, ਰਿਸਪੋਂਸੀਬਿਲਟੀ ਤਾਂ ਬਣਦੀ ਹੈ, ਤੁਸੀਂ ਲੋਕਾਂ ਨੂੰ ਇੱਕ ਟਾਈਟਲ ਦੇ ਕੇ ਉਹਨਾਂ ਨੂੰ ਬੁਲਾ ਰਹੇ ਹੋ, ਤਾਂ ਉਹਨਾਂ ਦੀਆਂ ਜਿਹੜੀਆਂ ਐਕਸਪੈਕਟੇਸ਼ਨਸ ਆ ਉਹਦੇ ਉੱਪਰ ਪ੍ਰੋਪਰ ਨੂੰ ਖਰਾ ਉਤਰਨਾ ਪੈਣਾ, ਅੱਛੀ ਚੀਜ਼ ਬਣਾਉਣਾ, ਤਾਂ ਮਤਲਬ ਪ੍ਰੈਸ਼ਰ ਤਾਂ ਹੈ ਹੀ ਕਿ ਅੱਛੀ ਚੀਜ਼ ਬਣਾਈਏ, ਕੋਸ਼ਿਸ਼ ਹੁੰਦੀ ਹੈ ਸਾਰਿਆਂ ਦੀ ਹੁੰਦੀ ਹੈ, ਹਰ ਬੰਦਾ ਕੋਸ਼ਿਸ਼ ਕਰਦਾ, ਉਸੇ ਤਰ੍ਹਾਂ ਮੈਂ ਵੀ ਟਰਾਈ ਕਰ ਰਿਹਾ ਕਿ ਅੱਛਾ ਪ੍ਰੋਜੈਕਟ ਬਣੇ, ਤਾਂ ਜੇ ਲੋਕ ਜਿਸ ਤਰ੍ਹਾਂ ਵੀ ਭੱਜ ਕੇ ਫਿਲਮ ਵੇਖਣ ਆਉਂਦੇ ਤਾਂ ਉਹਨਾਂ ਦੀ ਜਿਹੜੀ ਅੰਦਰਲੀ ਮਤਲਬ ਆਰਟਿਸਟਿਕ ਰੂਹ ਆ ਵੀ ਖੁਸ਼ ਹੋਣੀ ਚਾਹੀਦੀ ਹੈ। ਬਿਲਕੁਲ ਸਿਮਰ ਸਰ, ਜਿੱਦਾਂ ਮੈਂ ਪਹਿਲੇ ਵੀ ਜ਼ਿਕਰ ਕੀਤਾ ਕਿ 22 ਸਾਲ ਤੁਹਾਨੂੰ ਮੁੰਬਈ ਗਏ ਨੂੰ ਹੋ ਗਏ ਹੈ ਨਾ, ਉਸ ਤੋਂ ਬਾਅਦ ਤੁਸੀਂ ਇੰਨਾ ਕੰਮ ਕਰ ਰਹੇ ਹੋ ਪੰਜਾਬੀ ਇੰਡਸਟਰੀ ਵਿੱਚ ਵੀ, ਇੰਨਾ ਕੰਮ ਕਰ ਰਹੇ ਹੋ ਤੁਸੀਂ, ਕਿੰਨੀ ਕੁ ਸੈਟਿਸਫੈਕਸ਼ਨ ਹੈ ਆਪਣੇ ਕੰਮ ਦੇ ਨਾਲ ਜੋ ਹੁਣ ਤੱਕ ਤੁਸੀਂ ਕੀਤਾ, ਅਤੇ ਕੀ ਇਸ ਚੀਜ਼ ਨੂੰ ਪਹਿਲਾਂ ਤਾਂ ਇਹ ਦੱਸੋ ਕਿ ਹੁਣ ਤੱਕ ਕਿੰਨੀ ਸੈਟਿਸਫੈਕਸ਼ਨ ਹੈ? ਨਹੀਂ, ਬਹੁਤ ਸੈਟਿਸਫਾਈਡ ਹੈ ਹੁਣ, ਕਿਉਂਕਿ ਬਹੁਤ ਅੱਛੀ ਫਿਲਮਾਂ ਆਡੀਅੰਸ ਨੂੰ ਮਤਲਬ ਲਾਈਕ ਕੀਤੀਆਂ ਨੇ, ਤਾਂ ਉਹਦੇ ਕਰਕੇ ਅੱਛਾ ਲੱਗ ਰਿਹਾ ਕਿ ਜਿਹੜਾ ਆਪਾਂ ਕੰਮ ਕੀਤਾ ਉਹਦਾ ਪੇਬੈਕ ਹੈਗਾ, ਜਿਵੇਂ ਪਹਿਲਾਂ ਦੱਸਿਆ ਕਿ ਆਡੀਅੰਸ ਦੀ ਸਮਾਈਲ ਤੋਂ ਥੀਏਟਰ 'ਚ ਖੜ੍ਹੇ ਹੋ ਕੇ ਜਦੋਂ ਦੇਖਦੇ ਹਾਂ ਅਸੀਂ, ਅੱਗੇ ਜਾ ਕੇ ਸੀਟ 'ਤੇ ਬੈਠ ਕੇ ਮੈਂ ਦੇਖਦਾ ਜਾਂ ਪਿੱਛੇ ਖੜ੍ਹਾ ਹੋ ਕੇ ਦੇਖਦਾ ਤਾਂ ਬੜਾ ਵਧੀਆ ਲੱਗਦਾ, ਅਤੇ ਉਹੀ ਸੈਟਿਸਫੈਕਸ਼ਨ ਇਹਦੇ ਨਾਲ ਮਿਲਦੀ ਹੈ। ਅੱਛਾ, ਅਤੇ ਇੱਕ ਹੋਰ ਗੱਲ ਹੈ, ਤੁਸੀਂ ਬਹੁਤ ਸਾਰੇ ਮੈਂ ਕਹਿ ਸਕਦੀ ਹਾਂ ਸਟਾਰ ਦਾ ਡੈਬਿਊ ਕਰਵਾਇਆ ਇਸ ਇੰਡਸਟਰੀ ਦੇ ਵਿੱਚ, ਜੋ ਕਿ ਅੱਜ
ਬਹੁਤ ਵੱਡਾ ਨਾਮ ਕਮਾ ਰਹੇ ਨੇ, ਬਹੁਤ ਉੱਚੇ ਮੁਕਾਮ ਤੇ ਪਹੁੰਚੇ ਹੋਏ ਨੇ ਸਾਡੀ ਇੰਡਸਟਰੀ ਦੇ ਵਿੱਚ। ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਆਪਣੀ ਕਾਮਯਾਬੀ ਪਿੱਛੇ ਮਤਲਬ ਜ਼ਿਕਰ ਹੋਣਾ ਤਾਂ ਚਾਹੀਦਾ, ਜਿੰਨਾ ਕੁ ਕਹਿੰਦੇ ਆ ਕਿ ਫੇਸ ਹੁੰਦੇ ਆ ਸਟਾਰਸ ਦੇ, ਹੈ ਨਾ, ਫਿਲਮ ਬਣਾਉ ਜਦੋਂ ਫਿਲਮ ਬਣਦੀ ਹੈ ਲੋਕ ਦੇਖਣ ਆਉਂਦੇ ਆ, ਅਤੇ ਉਹਦੇ ਪਿੱਛੇ ਕ੍ਰੈਡਿਟ ਡਾਇਰੈਕਟਰ ਨੂੰ ਵੀ ਉਨਾ ਹੀ ਮਿਲਣਾ ਚਾਹੀਦਾ। ਬਿਲਕੁਲ ਉਨਾ ਹੀ ਅਤੇ ਜ਼ਿਕਰ ਕਰਦੇ ਨੇ ਉਹ ਕਦੇ ਕਿ ਹਾਂ ਸਾਡੀ ਕਾਮਯਾਬੀ ਪਿੱਛੇ ਜਿੱਥੇ ਅਸੀਂ ਅੱਜ ਪਹੁੰਚੇ ਹਾਂ ਉਹਨਾਂ ਪਿੱਛੇ ਕਿਹਨਾਂ ਦਾ ਹੱਥ ਹੈ? ਹਾਂ ਕਰਦੇ ਆ ਸਾਰੇ, ਦੇਖੋ ਤੁਹਾਡੇ ਕੋਲ ਇਹ ਸੋਨਮ ਅਤੇ ਐਮੀ ਕਰਕੇ ਗਏ ਨੇ ਤੁਸੀਂ ਆਪ ਹੀ ਪੁੱਛਿਆ, ਉਸੇ ਤਰ੍ਹਾਂ ਸਾਰੇ ਕਰਦੇ ਨੇ ਰਿਸਪੈਕਟ ਅਤੇ ਦੱਸਦੇ ਨੇ ਕਿ ਅਸੀਂ ਇਕੱਠੇ ਕੰਮ ਸ਼ੁਰੂ ਕੀਤਾ ਅਤੇ ਬਹੁਤ ਸਾਰੇ ਹਰ ਫਿਲਮ 'ਚ ਮੋਸਟਲੀ ਮੇਰੇ ਇੱਕ ਅੱਧਾ ਕਰੈਕਟਰ ਨਵਾਂ ਹੁੰਦਾ ਹੀ ਆ ਵਾਰੀ, ਹੈ ਨਾ, ਅਤੇ ਵਧੀਆ ਲੋਕ ਲਾਈਕ ਕਰਦੇ ਆ ਉਹਨੂੰ, ਅਤੇ ਜਦੋਂ ਇਹ ਵੀ ਮੈਨੂੰ ਚੰਗਾ ਲੱਗਦਾ ਕਿ ਜਦੋਂ ਉਹਨੂੰ ਅੱਗੇ ਹੋਰ ਫਿਲਮਾਂ 'ਚ ਕੰਮ ਮਿਲਦਾ ਤਾਂ ਉਹ ਹੋਰ ਵੀ ਅੱਛਾ ਲੱਗਦਾ ਯਾਰ, ਮੇਰੇ ਦੁਆਰਾ ਕੰਮ ਕਰਕੇ ਨਾ ਵੀ ਅੱਛਾ ਇਹਨਾਂ ਦਾ ਵੀ ਵਧੀਆ ਹੋ ਰਿਹਾ ਅੱਗੇ, ਉਹ ਖੁਸ਼ੀ ਤਾਂ ਹੁੰਦੀ ਹੈ ਬਹੁਤ। ਚਲੋ ਤੁਹਾਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੋਵੇਗੀ ਕਿ ਸਟਾਰਟਅਪ ਇੱਥੋਂ ਹੋਇਆ ਸੀ। ਬਿਲਕੁਲ ਬਿਲਕੁਲ ਬਿਲਕੁਲ। ਓਕੇ, ਜਿਸ ਤਰ੍ਹਾਂ ਦੇ ਪ੍ਰੋਜੈਕਟਸ ਹੁਣ ਪੰਜਾਬੀ ਇੰਡਸਟਰੀ ਵਿੱਚ ਬਣ ਰਹੇ ਨੇ, ਹੈ ਨਾ, ਵਧੀਆ ਨੇ, ਹੈ ਨਾ, ਕੁਛ ਆਪਾਂ ਕਦੀ ਰਿਪੀਟ ਵੀ ਕਰਦੇ ਹਾਂ, ਕੋਈ ਚੀਜ਼ਾਂ ਆਪਾਂ ਦੇਖਦੇ ਹਾਂ ਕਿ ਕੋਮੇਡੀ ਬਣ ਰਹੀ ਅਤੇ ਕੋਮੇਡੀ ਬਣ ਰਹੀ ਹੈ, ਹੈ ਨਾ, ਜਦੋਂ ਪੀਰੀਅਡ ਫਿਲਮਾਂ ਬਣ ਰਹੀਆਂ ਅਤੇ ਇੱਕ ਹਿੱਟ ਫਿਲਮ ਜਾ ਰਹੀ ਹੈ ਪੀਰੀਅਡ 'ਤੇ, ਅਗਲੇ ਫਿਰ ਸੋਚਦੇ ਕਿ ਉਹਨਾਂ ਦਾ ਹਿੱਟ ਚੱਲ ਗਿਆ ਪ੍ਰੋਜੈਕਟ, ਕੀ ਪਤਾ ਸਾਡਾ ਵੀ ਚੱਲ ਜੂਗਾ, ਹੈ ਨਾ, ਪੀਰੀਅਡ ਚੱਲ ਕਿਤੇ ਨਾ ਕਿਤੇ ਹੋ ਜਾਂਦੀ ਹੈ, ਪਰ ਫਿਰ ਵੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀ ਪੰਜਾਬੀ ਇੰਡਸਟਰੀ ਗਰੋ ਤਾਂ ਕਰ ਰਹੀ ਹੈ ਪਰ ਇਹਨੂੰ ਹੋਰ ਗਰੋ ਕਰਨ ਲਈ ਵਧੀਆ ਵਧੀਆ ਪ੍ਰੋਜੈਕਟਸ ਔਰ ਡਿਫਰੈਂਟ ਪ੍ਰੋਜੈਕਟਸ ਲੈਣ ਦੀ ਲੋੜ ਹੈਗੀ ਆ? ਬਿਲਕੁਲ ਬਿਲਕੁਲ, ਨਵੇਂ ਸਬਜੈਕਟਸ ਨਵੇਂ ਅਗਰ ਆਉਣਗੇ ਤਾਂ ਫਿਲਮਾਂ ਦੀ ਮਤਲਬ ਰਿਕੋਗਨਾਈਜੇਸ਼ਨ ਵੱਧਦੀ ਆ, ਜਦੋਂ ਇੱਕੋ ਜਿਹੀਆਂ ਆ ਰਹੀਆਂ ਲੋਕ ਸਿੱਧੇ ਆ, ਲੋਕਾਂ ਨੂੰ ਵੀ ਕਨਫਿਊਜ਼ਨ ਹੋ ਜਾਂਦੀ ਹੈ, ਫਿਰ ਉਹਦੇ 'ਚ ਵੀ ਆਰਟਿਸਟ, ਇਹਦੇ 'ਚ ਵੀ ਆਈ ਆਰਟਿਸਟ ਆ, ਫਿਲਮ ਵੀ ਬੈਕਡਰੋਪ ਹੋਈ ਆ, ਪੁਰਾਣਾ ਪੰਜਾਬ ਪੁਰਾਣਾ ਪੰਜਾਬ, ਹੈ ਨਾ, ਤਾਂ ਉਹ ਜਿੰਨੇ ਅਲੱਗ ਅਲੱਗ ਤਰ੍ਹਾਂ ਦੇ ਸਬਜੈਕਟ ਬਣਨਗੇ ਅੱਛਾ ਲੱਗੇਗਾ, ਅਲੱਗ ਅਲੱਗ ਤਰ੍ਹਾਂ ਦੀਆਂ ਕੋਸ਼ਿਸ਼ਾਂ, ਜਿਵੇਂ ਮੈਂ ਤਾਂ ਹਮੇਸ਼ਾ ਹੀ ਕੋਸ਼ਿਸ਼ ਕਰਦਾ ਰਹਿੰਦਾ ਇੱਕ ਫਿਲਮ ਤੋਂ ਬਾਅਦ ਦੂਸਰੀ ਫਿਲਮ ਇੱਕ ਡਿਫਰੈਂਟ ਜੋਨਰ ਦੀ ਹੋਵੇ, ਅਤੇ ਮੈਂ ਬੈਕ ਟੂ ਬੈਕ ਕਦੇ ਵੀ ਸੋਚਦਾ ਨਹੀਂ। ਔਰ ਜੇ ਮੁਕਲਾਵਾ ਦੀ ਆਪਾਂ ਗੱਲ ਕਰੀਏ ਲੇਟੈਸਟ ਰਿਲੀਜ਼, ਉਹਦੇ ਵਿੱਚ ਇਸ ਤਰ੍ਹਾਂ ਕਿ ਕੌਮੇਡੀ ਤੁਸੀਂ ਦੇਖੀ ਹੋਣੀ ਹੈ, ਪੰਚ ਵਾਲੀ ਕੌਮੇਡੀ ਨਹੀਂ, ਕੁਤਕਤਾੜੀਆਂ ਵਾਲੀ ਕੌਮੇਡੀ ਹੈ ਨਾ, ਇਨੋਸੈਂਸ ਕਰੈਕਟਰ ਦੀ ਮਤਲਬ ਕੀ ਕਰ ਰਿਹਾ ਉਹਦੇ ਉੱਤੇ ਹਾਸਾ ਨਾਲ ਪਾਈ ਕੌਮੇਡੀ ਨਹੀਂ, ਕੌਮੇਡੀ ਨਹੀਂ ਬਿਲਕੁਲ। ਔਰ ਦੂਸਰੀ ਹੁਣ ਜੇ ਡੈਡੀ ਕੂਲ ਮੁੰਡੇ ਫੁੱਲ ਕਹਾਂਗੇ ਉਸ ਤਰ੍ਹਾਂ ਦੀ ਕੌਮੇਡੀ ਹੈ, ਤਾਂ ਉਹ ਵੀ ਇਹ ਨਹੀਂ ਹੈ ਕਿ ਉਹ ਕਰਨੀ ਨਹੀਂ ਚਾਹੀਦੀ, ਇਹ ਨਹੀਂ ਮੈਂ ਕਹਿੰਦਾ, ਪਰ ਹਰ ਟਾਈਮ 'ਤੇ ਆਪਣੀ ਆਪਣੀ ਚੀਜ਼ ਹੋਣੀ ਚਾਹੀਦੀ ਹੈ। ਹੁਣ ਜਦੋਂ ਡੈਡੀ ਕੂਲ ਮੁੰਡੇ ਫੁੱਲ 2 ਹੈਗੀ, ਉਸ ਤਰ੍ਹਾਂ ਟਸ਼ਨ ਵਾਲੀ ਬਾਪ ਬੇਟੇ ਦੀ ਕਹਾਣੀ ਹੈ, ਤਾਂ ਦੋਨਾਂ ਨੇ ਇੱਕ ਦੂਜੇ ਨੂੰ ਅੱਗੇ ਵੀ ਫਸਟ ਪਾਰਟ 'ਚ ਸਾਰਿਆਂ ਨੇ ਦੇਖਿਆ, ਉਸੇ ਤਰ੍ਹਾਂ ਹੀ ਭੱਲਾ ਸਾਹਿਬ ਦੇ ਪੰਚਿਸ, ਉਹਦਾ ਦੂਜੇ ਜਿਹੜੇ ਬੇਟੇ ਹੋਣਗੇ ਉਹਨਾਂ ਦੇ ਪੰਚਿਸ, ਤਾਂ ਉਹ ਉਸ ਤਰ੍ਹਾਂ ਦਾ ਜੋਨਰ ਹੈ, ਅਤੇ ਮੁਕਲਾਵਾ ਅਲੱਗ ਜੋਨਰ, ਤਾਂ ਸਾਰੇ ਜੋਨਰਸ ਟਰਾਈ ਕਰਨੇ ਚਾਹੀਦੇ ਆ, ਹਰ ਤਰ੍ਹਾਂ ਦਾ ਕੰਮ ਕਰੋ ਵਧੀਆ ਲੱਗਦਾ। ਜਿਵੇਂ ਕਿ ਤੁਸੀਂ ਕਰਦੇ ਹੋ ਹਰ ਤਰ੍ਹਾਂ ਦਾ ਕੰਮ, ਹੈ ਨਾ, ਅਸੀਂ ਮਰ ਗਏ ਹੋਏ ਲੋਕੋ ਵੀ ਵੇਖੀ ਹੋਈ ਹੈ, ਸੁਬੇਦਾ ਜੋਗਿੰਦਰ ਸਿੰਘ ਵੀ ਆਪਾਂ ਵੇਖੀ ਹੋਈ ਹੈ ਨਾ, ਬਾਜ਼ ਵੀ ਵੇਖੀ ਹੋਈ ਹੈ ਆਪਾਂ, ਨਿੱਕਾ ਜੈਲਦਾਰ ਵੀ ਆਪਾਂ ਵੇਖੀ ਹੋਈ ਹੈ, ਹੋਰ ਮੈਂ ਫਿਲਮਾਂ ਮੁਕਲਾਵਾ ਕਵਾਂ, ਹੈ ਨਾ, ਅੰਗਰੇਜ਼ ਕਵਾਂ, ਪਰ ਕਹਿੰਦੇ ਹੈ ਕਿ ਸਿਮਰ ਸਰ ਜਿਹੜੇ ਹੈ ਉਹ ਪਰਫੈਕਸ਼ਨਿਸਟ ਹੈਗੇ ਆ, ਜਾਂ ਆਪਾਂ ਕਹਿ ਸਕਦੇ ਹਾਂ ਬਿਲਕੁਲ ਪਰਫੈਕਸ਼ਨ ਆਉਂਦੀ ਹੈ ਬਾਕੀ ਕੋਨਸੈਪਟ 'ਚ ਤਾਂ ਆਉਂਦੀ ਹੈ, ਬਟ ਜਿਹੜੇ ਪੀਰੀਅਡ ਫਿਲਮਸ ਹੈਗੀਆਂ ਉਹਨਾਂ ਨੂੰ ਬਿਲਕੁਲ ਪਤਾ ਬਾਰੀਕੀ ਨਾਲ ਕਿ ਕਿਹੜੀ ਚੀਜ਼ ਕਿੱਥੇ ਕਿਸ ਤਰ੍ਹਾਂ ਕਰਨੀ ਹੈ, ਇਹਦੇ ਪਿੱਛੇ ਤੁਹਾਡੀ ਕਿੰਨੀ ਕੁ ਰਿਸਰਚ ਹੁੰਦੀ ਹੈ ਕਿ ਜੇ ਮੈਂ 80s ਦੀ ਫਿਲਮ ਬਣਾ ਰਿਹਾ ਜਾਂ ਉਸ ਤੋਂ ਪਹਿਲੇ ਦੇ ਦੌਰ ਦੀ ਫਿਲਮ ਬਣਾ ਰਿਹਾ ਅਤੇ ਉਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਜ਼ਰੂਰੀ ਨੇ? ਨਹੀਂ, ਮੈਟਰ ਕਰਦੀਆਂ, ਇਹ ਪੂਰੀ ਰਿਸਰਚ ਕਰਨੀ ਪੈਂਦੀ, ਮੈਂ ਬੁੱਕਸ ਵੀ ਪੜ੍ਹਦਾ, ਇੰਟਰਨੈਟ ਤੋਂ ਰਿਸਰਚ ਵੀ ਕਰਦਾ ਕਿ ਚੀਜ਼ਾਂ, ਫਿਰ ਜਿਹੜੇ ਮੇਰੇ ਵੱਡੇ ਮਤਲਬ ਹੈਗੇ ਬਜ਼ੁਰਗ ਨੇ ਆਪਣੇ, ਉਹਨਾਂ ਤੋਂ ਵੀ ਕੁਛ ਪੁੱਛਣ ਦੀ ਲੋੜ ਪੈਂਦੀ ਹੈ, ਤਾਂ ਉਹਨਾਂ ਤੋਂ ਵੀ ਮੈਂ ਜ਼ਰੂਰ ਪੁੱਛਦਾ ਵੀ ਯਾਰ ਆਹ ਚੀਜ਼ ਇਸ ਤਰ੍ਹਾਂ ਹੁੰਦੀ ਸੀ, ਔਰ ਕਾਫੀ ਚੀਜ਼ਾਂ ਮੈਂ ਕੁਛ ਚੀਜ਼ਾਂ ਦੇਖੀਆਂ ਹੋਈਆਂ, ਮਤਲਬ 80s ਦੇ ਮਿਡ ਦੇ ਵਿੱਚ ਜਦੋਂ ਮੈਂ ਛੋਟਾ ਸੀ ਪਿੰਡ ਦੇ ਵਿੱਚ, ਤਾਂ ਕਾਫੀ ਕੁਛ ਉੱਥੇ ਬੈਠ ਕੇ ਲੋਕਾਂ ਤੋਂ ਸੁਣਨੀਆਂ, ਪੁਰਾਣੀਆਂ ਗੱਲਾਂ ਦਾਦਾ ਤੋਂ ਸੁਣਨੀਆਂ ਵੀ ਅਸੀਂ ਖੂਹ ਤੋਂ ਐਂ ਪਾਣੀ ਪੀਂਦੇ ਸੀ, ਜਾਂ ਐਂ ਕੱਪੜੇ ਧੋਂਦੇ ਸੀ, ਜਾਂ ਕੱਪੜੇ ਇਸ ਤਰ੍ਹਾਂ ਦੇ ਹੁੰਦੇ ਸੀ, ਸਾਡੇ ਕੋਲ ਇੰਨੇ ਕੱਪੜੇ ਹੁੰਦੇ ਸੀ, ਪਸ਼ੂ ਲੈ ਕੇ ਜਾਂਦੇ ਸੀ ਬਾਹਰ, ਹੈ ਨਾ, ਉਹ ਚੀਜ਼ਾਂ ਸਾਰੀਆਂ ਕੁਛ ਚੀਜ਼ਾਂ ਦਿਮਾਗ 'ਚ ਨੇ, ਜੋ ਚੀਜ਼ਾਂ ਨਹੀਂ ਪਤਾ ਜਿਵੇਂ ਰਿਸ਼ਤਿਆਂ ਦੀਆਂ, ਗਿੱਧੇ ਦੀਆਂ, ਮੁਕਲਾਵੇ ਦੀਆਂ, ਭੰਗੜੇ ਦੀਆਂ ਜਾਂ ਬੋਲੀਆਂ ਦੀਆਂ, ਉਹ ਚੀਜ਼ਾਂ ਪੜ੍ਹ ਕੇ ਵੀ ਕਾਫੀ ਕੁਛ ਮਿਲ ਜਾਂਦਾ, ਤਾਂ ਉਹਨਾਂ ਚੀਜ਼ਾਂ ਤੋਂ ਮਤਲਬ ਡਿਟੇਲਿੰਗ ਕਰਨੀ ਪੈਂਦੀ ਹੈ, ਮਤਲਬ ਇਹ ਨਹੀਂ ਹੈ ਕਿ ਮੈਨੂੰ ਆਉਂਦਾ, ਉਹ ਨਹੀਂ, ਕੋਸ਼ਿਸ਼ ਕਰੀਦੀ ਵੱਧ ਤੋਂ ਵੱਧ ਚੀਜ਼ਾਂ ਲੱਭ ਕੇ ਉਸ ਤਰ੍ਹਾਂ ਉਹਨੂੰ ਤਿਆਰ ਕੀਤਾ ਜਾਵੇ। ਅੱਛਾ, ਹੁਣ ਤੱਕ ਅਜਿਹਾ ਕਿਹੜਾ ਟੋਪਿਕ ਹੈ ਜਿਹੜਾ ਤੁਸੀਂ ਨਹੀਂ ਬਣਾਇਆ ਅਤੇ ਤੁਸੀਂ ਚਾਹੁੰਦੇ ਹੋ ਕਿ ਇਹ ਬਣੇ, ਆਡੀਅੰਸ ਦੇਖੇ ਪੰਜਾਬੀ ਆਡੀਅੰਸ? ਟੋਪਿਕ ਤਾਂ ਬਹੁਤ ਸਾਰੇ ਨੇ,
ਕਾਫੀ ਸਾਰੇ ਬਚੇ ਹੋਏ ਨੇ, ਪਰ ਮੈਂ ਇੱਕ ਚੀਜ਼ ਚਾਹੁੰਦਾ ਕਿ ਕਦੇ ਪੰਜਾਬੀ ਇੰਡਸਟਰੀ 'ਚ ਫਿਊਚਰ ਫਿਲਮ ਵੀ ਬਣੇ। ਅੱਛਾ, ਫਿਊਚਰ ਦੇ ਵਿੱਚ ਕੀ ਕੋਮੇਡੀ ਵੀ ਹੋ ਸਕਦੀ ਹੈ, ਸੀਰੀਅਸ ਵੀ ਹੋ ਸਕਦਾ, ਮਤਲਬ ਜਿਸ ਤਰ੍ਹਾਂ ਹੋਰ ਫਿਊਚਰ ਸਾਇੰਸ ਫਿਲਮਾਂ ਆਉਂਦੀਆਂ ਉਸ ਤਰ੍ਹਾਂ ਵੀ ਹੋ ਸਕਦਾ, ਸਾਇੰਸ ਫਿਕਸ਼ਨ ਵੀ ਹੋ ਸਕਦੀ, ਸਾਇੰਸ ਫਿਕਸ਼ਨ ਦੇ ਵਿੱਚ ਕੋਮੇਡੀ ਵੀ ਹੋ ਸਕਦੀ ਹੈ, ਤਾਂ ਇਹ ਚੀਜ਼ਾਂ ਹੈ, ਸੋਚ ਰਹੇ ਹਾਂ ਵੀ ਸਬਜੈਕਟ ਇਸ ਤਰ੍ਹਾਂ ਦੇ ਆਉਣ। ਅਤੇ ਤੁਹਾਨੂੰ ਲੱਗਦਾ ਕਿ ਆਡੀਅੰਸ ਕਿਸ ਤਰ੍ਹਾਂ ਤਿਆਰ ਹੋਏਗੀ ਉਸ ਚੀਜ਼ ਲਈ? ਆਡੀਅੰਸ ਨੂੰ ਇੰਟਰਟੇਨਮੈਂਟ ਹੋਣਾ ਚਾਹੀਦਾ ਔਰ ਉਹਨਾਂ ਦਾ ਜਿਹੜਾ ਮਨ ਹੈ ਉਸ ਚੀਜ਼ 'ਤੇ ਬਿਲੀਵ ਕਰਨਾ ਚਾਹੀਦਾ। ਫਿਲਮ ਦਾ ਕੀ ਹੁੰਦਾ ਕਿ ਤੁਹਾਨੂੰ ਬਿਲੀਵ ਆਉਣਾ ਜ਼ਰੂਰੀ ਹੈ ਆਰਟਿਸਟ 'ਤੇ, ਹੀਰੋ 'ਤੇ ਤੁਹਾਡੇ ਨਾਲ, ਜਦੋਂ ਤੁਸੀਂ ਹੀਰੋ ਨਾਲ ਦਰਸ਼ਕ ਜੁੜ ਜਾਂਦੇ ਫਿਰ ਫਿਲਮ ਹੀਰੋ ਨਾਲ ਚੱਲਦੀ ਹੈ, ਆਡੀਅੰਸ ਉਹਦੇ ਦੁੱਖ ਸੁੱਖ 'ਚ ਨਾਲ ਚੱਲਦੀ ਨਾਲ ਚੱਲਦੇ, ਉਹ ਚੀਜ਼ ਜ਼ਰੂਰੀ ਹੁੰਦੀ, ਬਿਲੀਵ ਕਰਾਉਣਾ ਹੁੰਦਾ ਆਡੀਅੰਸ ਨੂੰ। ਬਸ ਤੁਸੀਂ ਇੱਕ ਹਨੇਰੇ ਕਮਰੇ 'ਚ ਬਿਠਾ ਕੇ ਸਕਰੀਨ 'ਤੇ ਵਿਜ਼ੂਅਲ ਦਿਖਾ ਰਹੇ ਹੋ ਅਤੇ ਆਡੀਅੰਸ ਨੂੰ ਆਪਣੇ ਨਾਲ ਲੈ ਕੇ ਚੱਲਣਾ, ਤਾਂ ਇਹ ਜਦੋਂ ਆਡੀਅੰਸ ਨਾਲ ਚੱਲ ਪਈ ਤਾਂ ਫਿਲਮ ਸਕਸੈਸਫੁੱਲ ਹੈ, ਬਿਲਕੁਲ। ਸੋ ਸਿਮਰ ਸਰ, ਬਹੁਤ ਸਾਰੇ ਪ੍ਰੋਜੈਕਟ ਹੈ ਨਾ ਆਪਾਂ ਦੇਖਣੇ ਆ, ਮੈਨੂੰ ਲੱਗਦਾ ਕਿ ਇਸੇ ਸਾਲ ਤੁਹਾਡੇ ਹੈ ਨਾ, ਆਉਣ ਵਾਲੇ ਸਾਲਾਂ 'ਚ ਵੀ ਦੇਖਣੇ ਆ। ਸੋ ਕਿਹੜੇ ਕਿਹੜੇ ਪ੍ਰੋਜੈਕਟਸ 'ਤੇ ਹੁਣ ਕੰਮ ਕਰ ਰਹੇ ਹੋ? ਨਿੱਕਾ ਜਲਦਾਰ 3 ਬਿਲਕੁਲ ਰੈਡੀ ਹੈ, ਸ਼ੂਟ ਹੋ ਗਿਆ, ਫਾਈਨਲ ਕੰਮ ਉਹਦਾ ਚੱਲ ਰਿਹਾ, 20 ਸਤੰਬਰ ਨੂੰ ਉਹਦੀ ਡੇਟ ਆ, ਇਸ ਸਾਲ ਆਏਗੀ। ਅਤੇ ਉਸ ਤੋਂ ਬਾਅਦ ਡੈਡੀ ਕੂਲ ਮੁੰਡੇ ਫੁੱਲ 2 ਜਿਵੇਂ ਕਿ ਦੱਸਿਆ ਆਪਾਂ ਗੱਲ ਕਰਕੇ ਹਟੇ, ਉਹ ਇਸ ਸਾਲ ਫਲੋਰ 'ਤੇ ਜਾ ਰਹੀ ਹੈ, ਅਪਕਮਿੰਗ ਈਅਰ ਦੇ ਵਿੱਚ ਆਏਗੀ। ਅਤੇ ਬਾਕੀ ਹੋਰ ਵੀ ਕਾਫੀ ਸਾਰੇ ਪ੍ਰੋਜੈਕਟਸ ਨੇ ਜਿਨ੍ਹਾਂ ਦੀ ਡਿਟੇਲਿੰਗ ਚੱਲ ਰਹੀ ਹੈ, ਅਤੇ ਇੱਕ ਤੋਂ ਬਾਅਦ ਉਹਦੇ ਵੀ ਸਾਹਮਣੇ ਸਾਰਿਆਂ ਨੂੰ ਡੇਟਸ ਵਗੈਰਾ ਜ਼ਰੂਰ ਦੱਸ ਦਾਂਗੇ। ਬਿਲਕੁਲ, ਅਤੇ ਜਦੋਂ ਸ਼ੂਟ ਹੋਏਗਾ ਤਾਂ ਮੈਨੂੰ ਬੁਲਾ ਲਿਓ, ਮੈਂ ਜਾਊਂਗੀ ਆਪਣਾ ਕੰਮ ਕਰ। ਬਿਲਕੁਲ ਬਿਲਕੁਲ। ਅੱਛਾ, ਇੱਕ ਇੱਕ ਪ੍ਰੋਜੈਕਟ ਹੈਗਾ ਹੈ ਪਰੌਣਿਆਂ ਨੂੰ ਦਫਾ ਕਰੋ, ਹੈ ਨਾ? ਇੱਕ ਜਿੱਥੇ ਤੱਕ ਮੈਨੂੰ ਯਾਦ ਹੈ ਮੈਂ ਫਿਲਮ ਵੇਖੀ ਸੀ ਬਾਲੀਵੁੱਡ ਵਿੱਚ, ਅਤਿਥੀ ਤੁਮ ਕਬ ਜਾਓਗੇ, ਹੈ ਨਾ, ਇਹ ਉਸ ਤਰ੍ਹਾਂ ਦਾ ਕੰਸੈਪਟ ਹੈ ਜਾਂ ਫਿਰ, ਕਿਉਂਕਿ ਜਦੋਂ ਮੈਂ ਆਇਆ ਮੇਰੇ ਦਿਮਾਗ ਵਿੱਚ, ਕਿਉਂਕਿ ਮੈਂ ਉਹ ਫਿਲਮ ਦੇਖੀ ਹੋਈ ਹੈ ਨਾ, ਬਹੁਤ ਸਾਰੀ ਆਡੀਅੰਸ ਇੱਦਾਂ ਦੀ ਹੋਏਗੀ ਜਦੋਂ ਨਾਮ ਵੀ ਸੁਣੇਗੀ ਜਾਂ ਜਦੋਂ ਦੇਖੇਗੀ ਲੱਗੇਗਾ ਕਿ ਕਿਤੇ ਉਹ ਸਿਮਿਲਰ ਚੀਜ਼ਾਂ ਤਾਂ ਨਹੀਂ ਹੋਣਗੀਆਂ। ਨਹੀਂ, ਉਸ ਤਰ੍ਹਾਂ ਦਾ ਨਹੀਂ ਹੈ, ਇਹਦੇ 'ਚ ਪ੍ਰਾਹੁਣਿਆਂ ਨੂੰ ਮਤਲਬ ਅਤਿਥੀ ਵਾਲਾ ਨਹੀਂ ਜੋੜ ਰਹੇ, ਇਹ 'ਚ ਪ੍ਰਾਹੁਣਿਆਂ ਨੂੰ ਜਿਹੜੇ ਜਵਾਈ ਟਾਈਪ ਜਿਹੜੇ ਜਾਂ ਰਿਸ਼ਤੇ ਵੱਡੇ ਫੁੱਫੜ ਮਾਸੜ ਜਿਹੜੇ ਹੁੰਦੇ ਨੇ, ਇਹ ਉਹਨਾਂ ਜਿਹੜੇ ਬੜੇ ਅੜਦੇ ਨੇ, ਹਾਂ ਇਹ ਉਹਨਾਂ ਵਾਲੇ ਪ੍ਰਾਹੁਣੇ ਨੇ ਜਿਹੜੇ ਪੰਜਾਬ ਵਾਲੇ ਪ੍ਰਾਹੁਣੇ ਹੁੰਦੇ ਨੇ, ਸ਼ਰਾਬ ਪੀ ਕੇ ਤੰਗ ਕਰਦੇ ਨੇ, ਇਹ ਉਹਨਾਂ ਵਾਲੇ ਪ੍ਰਾਹੁਣੇ ਨੇ, ਤਾਂ ਉਹ ਚੀਜ਼ ਦੇ ਉੱਤੇ ਰਹੇਗੀ ਇਹ ਚੀਜ਼ ਜੀ। ਅਤੇ ਅਸੀਂ ਉਮੀਦ ਕਰਦੇ ਜਦੋਂ ਆਏਗੀ ਫਲੋਰ 'ਤੇ ਅਤੇ ਜਦੋਂ ਪਹੁੰਚੇਗੀ ਸਿਨੇਮਾ ਘਰਾਂ ਵਿੱਚ, ਥੀਏਟਰਸ ਵਿੱਚ, ਅਤੇ ਲੋਕ ਉਸਨੂੰ ਬਹੁਤ ਜ਼ਿਆਦਾ ਪਸੰਦ ਕਰਨ ਜਿਵੇਂ ਕਿ ਹਰ ਤੁਹਾਡੀ ਫਿਲਮ ਨੂੰ ਪਸੰਦ ਕਰਦੇ ਹੀ ਨੇ। ਸਿਮਰ ਸਰ, ਦੁਬਾਰਾ ਜਿੱਦਾਂ ਮੁੰਬਈ ਤੋਂ ਸ਼ੁਰੂਆਤ ਤੁਸੀਂ ਕੀਤੀ ਆ ਆਪਣੀ, ਹੈ ਨਾ, ਮੁੰਬਈ ਤੁਹਾਡੇ ਗੇੜੇ ਵੀ ਬਹੁਤ ਲੱਗਦੇ ਨੇ, ਹੈ ਨਾ, ਅਤੇ ਦੁਬਾਰਾ ਅਸੀਂ ਦੇਖ ਸਕਦੇ ਕਿ ਵੱਡੀ ਮਾਇਆ ਨਗਰੀ ਵਿੱਚ ਕੁਝ ਆ ਰਿਹਾ ਤੁਹਾਡਾ ਜਾਂ ਕੋਈ ਇੱਦਾਂ ਦੇ ਹੈਗੇ ਆ ਸਾਇੰਸ? ਬਿਲਕੁਲ ਬਿਲਕੁਲ, ਚੱਲ ਰਹੇ ਨੇ ਮੀਟਿੰਗਸ, ਗੱਲਬਾਤ ਵੀ ਚੱਲ ਰਹੀ ਹੈ, ਫਾਈਨਲ ਸਟੇਜ 'ਤੇ ਆ, ਅਤੇ ਜਲਦੀ ਉਹਦੇ ਵੀ ਭੇਦ ਖੁੱਲ੍ਹਾਂਗੇ ਅਤੇ ਤੁਹਾਡੇ ਜ਼ਰੀਏ ਖੁੱਲ੍ਹਣੇ ਪੈਂਦੇ, ਬਹੁਤ ਵਧੀਆ ਰਹਿੰਦਾ ਕਿ ਸਾਰਿਆਂ ਨੂੰ ਪਤਾ ਲੱਗ ਜਾਂਦਾ। ਬਿਲਕੁਲ, ਅਸੀਂ ਸਾਰੇ ਭੇਜ ਇਹਨਾਂ ਦੇ ਤੁਹਾਡੇ ਤੱਕ ਪਹੁੰਚਾ ਦੇਵਾਂਗੇ। ਬਿਲਕੁਲ ਬਿਲਕੁਲ। ਸੋ ਉਮੀਦ ਕਰਦੇ ਕਿ ਜਿੰਨੇ ਧਮਾਕੇਦਾਰ ਪ੍ਰੋਜੈਕਟਸ ਤੁਸੀਂ ਸਾਡੀ ਪੰਜਾਬੀ ਇੰਡਸਟਰੀ ਨੂੰ, ਹੈ ਨਾ, ਦਿੱਤੇ ਹੋਏ ਆ, ਉੱਥੇ ਵੀ ਜਿੰਨਾ ਪਹਿਲੇ ਕੰਮ ਕੀਤਾ ਹੋਇਆ ਅਤੇ ਹੁਣ ਜਦੋਂ ਹੁਣ ਕੰਮ ਕਰਨ ਜਾਓਗੇ ਜਾਂ ਕੁਝ ਵੀ ਨਵਾਂ ਪ੍ਰੋਜੈਕਟ ਆਏਗਾ ਅਤੇ ਉਸਨੂੰ ਬਹੁਤ ਜ਼ਿਆਦਾ ਵਧੀਆ ਹੁੰਗਾਰਾ ਮਿਲੇ ਔਰ ਲੋਕ ਐਕਸੈਪਟ ਕਰਨ ਜਿੰਨਾ ਇੱਥੇ ਕਰਦੇ ਨੇ। ਬਿਲਕੁਲ ਬਿਲਕੁਲ, ਕੋਸ਼ਿਸ਼ ਅਸੀਂ 100% ਆਪਣੇ ਕੰਮ ਨਾਲ ਮਤਲਬ ਪੂਰੀ ਇਮਾਨਦਾਰੀ ਨਾਲ ਕਰਾਂਗੇ, ਹਮੇਸ਼ਾ ਕਰਦੇ ਆਏ ਹਾਂ, ਉਹਦਾ ਫਲ ਵੀ ਵਧੀਆ ਹੀ ਮਿਲਦਾ ਜੀ। ਸਿਮਰ ਸਰ, ਥੈਂਕ ਯੂ ਵੈਰੀ ਮੱਚ, ਤੁਸੀਂ ਇੱਥੇ ਆਏ ਜਗਬਾਣੀ ਦੇ ਵਿਹੜੇ, ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਔਰ ਜਿਹੜੀਆਂ ਜਿਹੜੀਆਂ ਫਿਲਮਾਂ ਤੁਹਾਨੂੰ ਦੱਸਦੀਆਂ ਸਰ ਨੇ ਕਿ ਇਸ ਸਾਲ ਕਿਹੜੀਆਂ ਕਿਹੜੀਆਂ ਫਿਲਮਾਂ ਆ ਰਹੀਆਂ, ਨਿੱਕਾ 3 ਕਦੋਂ ਆ ਰਹੀ ਹੈ ਨਾ, ਉਸ ਤੋਂ ਬਾਅਦ ਡੈਡੀ ਕੂਲ ਮੁੰਡੇ ਫੂਲ 2 ਕਦੋਂ ਆਏਗੀ। ਸੋ ਤੁਸੀਂ ਉਮੀਦ ਤਾਂ ਕਰਨੀ ਹੈ ਕਿ ਵਧੀਆ ਹੋਏਗੀ, ਕਿਉਂਕਿ ਪਹਿਲੇ ਵੀ ਕੰਮ ਬਹੁਤ ਵਧੀਆ ਕੀਤਾ, ਮੁਕਲਾਵਾ ਬਹੁਤ ਅੱਛੀ ਚੱਲ ਰਹੀ ਹੈ, ਰਨ ਕਰ ਰਹੀ ਹੈ ਬਹੁਤ ਵਧੀਆ, ਔਰ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਆਉਣ ਵਾਲੇ ਪ੍ਰੋਜੈਕਟਸ ਹੈਗੇ ਹੈ ਨਾ, ਉਹ ਵੱਖਰੇ ਹੋਣ, ਡਿਫਰੈਂਟ ਹੋਣ ਔਰ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਣ, ਅਤੇ ਉਹਦੇ ਲਈ ਤੁਹਾਨੂੰ ਗੁੱਡ ਵਿਸ਼ਸ ਵੀ। ਥੈਂਕ ਯੂ ਵੈਰੀ ਮੱਚ। ਜਾਣੇ ਨੇ ਸਾਡੀ ਆਡੀਅੰਸ ਨੂੰ ਕੀ ਕਹਿਣਾ ਚਾਹੋਗੇ, ਕੁਛ ਤਾਂ ਕੋਈ ਖਾਸ ਮੈਸੇਜ ਉਹਨਾਂ ਲਈ, ਕੋਈ ਖਾਸ ਸੁਨੇਹਾ? ਮੈਸੇਜ ਤਾਂ ਆਪਾਂ ਕੀ ਦੇ ਸਕਦੇ ਹਾਂ, ਪਰ ਇੰਨਾ ਇਹ ਕਿ ਆਪਣਾ ਜਿਹੜਾ ਸਿਨੇਮਾ ਉਹਨੂੰ ਉੱਪਰ ਉਹਦੀ ਗਰੋਥ ਵਾਸਤੇ ਹੀ ਹੈ ਕਿ ਦਰਸ਼ਕ ਜਿਹੜੇ ਜ਼ਿਆਦਾ ਮਤਲਬ ਪਾਇਰੇਟਡ ਚੀਜ਼ਾਂ 'ਤੇ ਦੇਖਦੇ ਨੇ ਵੀ ਉਹ ਨਾ ਦੇਖਣ, ਜਾਂ ਕੁਛ ਲੋਕ ਮੈਂ ਦੇਖਿਆ ਕਿ ਫੇਸਬੁੱਕ 'ਤੇ ਬੜੇ ਬਹੁਤ ਸਾਰੇ ਲੋਕ ਬੜੇ ਚਾਅ ਨਾਲ ਲਿਖਦੇ ਆ ਕਿ ਫਲਾਨੀ ਫਿਲਮ ਪਈ ਆ ਦੇਖੋ, ਮਤਲਬ ਲਾਈਵ ਕਰ ਦਿੰਦੇ, ਹਾਂ ਲਾਈਵ ਕਰ ਦਿੰਦੇ ਆ, ਦੇਖੋ ਕਹਿੰਦੇ ਆ, ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਥੋੜ੍ਹਾ ਬਚਿਆ ਜਾਵੇ, ਜਿਹਨੇ ਦੇਖਣੀ ਆ ਦੇਖ ਲਓ, ਲੋਕਾਂ ਨੂੰ ਪ੍ਰੋਤਸਾਹਿਤ ਤਾਂ ਨਾ ਕਰੋ ਪਾ ਕੇ, ਹੈ ਨਾ, ਅਤੇ ਮੋਸਟਲੀ ਹੈ ਕਿ ਜੇ ਉਹ ਚੀਜ਼ਾਂ ਅੱਜ ਨੈੱਟਫਲਿਕਸ ਆ, ਐਮਾਜੋਨ, ਉਹਨਾਂ 'ਤੇ ਵੀ ਆ ਰਹੀਆਂ ਨੇ, ਕੋਈ ਇੰਨਾ ਕੋਸਟਲੀ ਵੀ ਨਹੀਂ ਹੈਗੀਆਂ ਕਿ ਬਹੁਤ ਜ਼ਿਆਦਾ ਕੋਸਟਲੀ ਨੇ ਉਸ 'ਚ ਪਲੇਟਫਾਰਮ, ਅਤੇ ਉਹਨਾਂ 'ਤੇ ਵੀ ਆ ਜਾਂਦੀ ਫਿਲਮ, ਉੱਥੇ ਦੇਖ ਸਕਦੇ ਨੇ, ਅਤੇ ਇਸ ਚੀਜ਼ ਨੂੰ ਥੋੜ੍ਹਾ ਰੋਕਣ
ਸਿਨਮੇ 'ਚ ਹੋਰ ਗਰੋਥ ਹੁੰਦੀ ਹੈ, ਅੱਛਾ ਲੱਗਦਾ ਬਿਲਕੁਲ, ਔਰ ਨੁਕਸਾਨ ਨਹੀਂ ਹੋਏਗਾ, ਨੁਕਸਾਨ ਨਹੀਂ ਹੁੰਦਾ ਕਿਸੇ ਦਾ, ਤਾਂ ਕਿ ਅਗਲਾ ਪ੍ਰੋਜੈਕਟ ਵੀ ਤੁਹਾਡੇ ਲਈ ਬਣਾ ਸਕਣ, ਤੁਹਾਨੂੰ ਐਂਟਰਟੇਨ ਕਰ ਸਕਣ। ਬਿਲਕੁਲ ਬਿਲਕੁਲ, ਜਾਂਦੇ ਜਾਂਦੇ ਜੋ ਮੈਂ ਐਂਡਿੰਗ ਹੀ ਕਰੀ ਸੀ, ਪਰ ਤੁਸੀਂ ਨੈਟਫਲਿਕਸ ਦਾ ਜ਼ਿਕਰ ਕਰ ਲਿਆ, ਸੋ ਮੇਰੇ ਦਿਮਾਗ ਵਿੱਚ ਗੱਲ ਆ ਗਈ, ਤੁਸੀਂ ਦੇਖ ਰਹੇ ਹੋ ਕੋਈ ਇਸ ਵੇਲੇ ਸੀਰੀਜ਼ ਚੱਲ ਰਹੀ ਹੈ ਨੈਟਫਲਿਕਸ ਤੇ? ਨਹੀਂ, ਸੀਰੀਜ਼ ਅਜੇ ਮੈਨੂੰ ਟਾਈਮ ਨਹੀਂ ਲੱਗਦਾ, ਮੁਸ਼ਕਿਲ ਹੁੰਦਾ, ਬਿਜ਼ੀ ਹੁੰਦਾ। ਫਿਲਮ ਜ਼ਰੂਰ ਦੇਖ ਲਈ ਦੀ, ਇੰਗਲਿਸ਼, ਹਿੰਦੀ, ਪੰਜਾਬੀ ਸਾਰੀਆਂ ਜਿਹੜੀਆਂ ਮਿਸ ਹੋ ਜਾਂਦੀਆਂ। ਉਹਨਾਂ ਫਿਲਮਾਂ ਵਿੱਚ ਕੋਈ ਦਿਲ ਕਰਦਾ ਕਿ ਹਾਂ ਜੇ ਮੈਂ ਰੀਮੇਕ ਬਣਾਵਾਂ ਪੰਜਾਬੀ ਵਿੱਚ ਤਾਂ ਇਸ ਫਿਲਮ ਦਾ ਬਣੇ, ਜਿਹੜੀ ਨੈਟਫਲਿਕਸ 'ਤੇ ਕਦੀ ਦੇਖੀ ਹੋਵੇ, ਐਮਾਜ਼ੋਨ 'ਤੇ ਦੇਖੀ ਹੋਵੇ? ਹਾਂ, ਬਹੁਤ ਸਾਰੀਆਂ ਨੇ, ਮੈਨੂੰ ਲੱਗਦਾ ਕਿ ਜਿਵੇਂ ਵੀ ਇੱਕ ਫਿਲਮ ਆ ਨਾ, ਜਿਵੇਂ 300 ਇੰਗਲਿਸ਼ ਫਿਲਮ ਹੈ ਜਾਂ ਲਾਰਡ ਆਫ ਦਾ ਰਿੰਗਸ ਫਿਲਮ ਹੈ, ਉਸ ਤਰ੍ਹਾਂ ਦਾ ਸਾਡੇ ਪੰਜਾਬੀ ਕਲਚਰ ਦੇ ਵਿੱਚ, ਮਤਲਬ ਵਾਰੀਅਰ ਜੋ ਹੈਗੇ ਨੇ ਉਹਨਾਂ ਦੇ ਵਿੱਚ ਬੜੇ ਸਬਜੈਕਟ ਪਏ ਨੇ, ਅਤੇ ਵੀ ਉਸ ਤਰ੍ਹਾਂ ਦਾ ਵੀ ਬਣਨਾ ਚਾਹੀਦਾ। ਅੱਛਾ, ਇੱਕ ਹੋਰ ਸਵਾਲ ਆ ਗਿਆ ਮੇਰੇ ਦਿਲ 'ਚ, ਜੇ ਹੁਣ ਤੁਸੀਂ ਕਿਹਾ ਕਿ ਇਹਨਾਂ ਵਾਰੀਅਰਸ ਦੇ, ਅਤੇ ਤੁਹਾਡਾ ਕਾਸਟ ਤੁਸੀਂ ਚੂਜ਼ ਕਰਨੀ ਹੋਵੇ, ਹੀਰੋ ਕੌਣ ਹੋਏਗਾ ਫਿਰ, ਜੇਕਰ 300 ਦੀ ਗੱਲ ਕਰ ਲਈਏ? ਉਹ ਤਾਂ ਮਤਲਬ ਇੱਕ ਵਾਰੀ ਫਿਰ ਵੀ ਪਿਕਚਰ ਤਾਂ ਆਉਂਦੀ ਹੋਏਗੀ ਦਿਮਾਗ ਵਿੱਚ ਕਿ ਹਾਂ ਇਹ ਜਿਹੜਾ ਐਕਟਰ ਹੈ ਇਹ ਸੂਟ ਹੋਊਗਾ ਇਸ 'ਤੇ, ਇਸ ਕਰੈਕਟਰ। ਨਹੀਂ ਤਾਂ ਉਹ ਤਾਂ ਕੋਈ ਵੀ ਹੋ ਸਕਦਾ, ਜੇ ਕੋਈ ਐਮੀ ਵੀ ਕਰ ਸਕਦਾ, ਕੋਈ ਵੀ ਕਰੈਕਟਰ ਕਰ ਸਕਦਾ, ਗਿੱਪੀ ਵੀ ਕਰ ਸਕਦਾ, ਦਲਜੀਤ ਵੀ ਕਰ ਸਕਦਾ, ਅਮਰਿੰਦਰ ਵੀ ਕਰ ਸਕਦਾ, ਸਾਰੇ ਕਰ ਸਕਦੇ ਨੇ, ਜਦੋਂ ਕਰੈਕਟਰ ਸ਼ੇਪ 'ਚ ਆਏਗਾ ਨਾ ਫਿਰ ਪਤਾ ਚੱਲੂਗਾ ਫਾਈਨਲ ਕੀ ਸ਼ੇਪ 'ਚ ਆਏਗਾ। ਔਰ ਉਹ ਫਿਰ ਕਰੈਕਟਰ ਦੇਖੋ, ਹਰ ਆਰਟਿਸਟ ਮਿਹਨਤ ਕਰਦਾ, ਜਿਵੇਂ ਐਮੀ ਨੇ ਰਜੀਤਾ ਵਾਸਤੇ ਕੀਤੀ, ਗਿੱਪੀ ਨੇ ਜੋਗਿੰਦਰ ਸਿੰਘ ਵਾਸਤੇ ਕੀਤੀ, ਹੋਰ ਵੀ ਮਤਲਬ ਸਾਰੇ ਆਰਟਿਸਟ ਕਰਦੇ ਨੇ, ਤਾਂ ਜਦੋਂ ਸ਼ੇਪ ਆਉਂਦਾ ਕਰੈਕਟਰ ਦਾ, ਤਾਂ ਫਿਰ ਉਹਦੇ ਅਕੋਰਡਿੰਗ ਆਪਣੇ ਆਪ ਨੂੰ ਤਿਆਰ ਵੀ ਕਰਦੇ ਨੇ, ਜਦੋਂ ਤੁਹਾਨੂੰ ਬਲੀਵ ਆਉਂਦਾ ਕਿ ਯਾਰ ਫਿਲਮ ਬਹੁਤ ਅੱਛੀ ਬਣ ਰਹੀ, ਤਾਂ ਕੋਸ਼ਿਸ਼ ਸਾਰੇ ਕਰਦੇ ਨੇ। ਚਲੋ, ਮੈਂ ਤਾਂ ਐਕਸਾਈਟਡ ਜੀ ਹੋ ਗਈ ਇੱਕਦਮ ਕਿ ਅਗਰ ਬਣਨ ਤੇ ਕੌਣ ਕੌਣ ਹੋਊਗਾ, ਸੋ ਅਸੀਂ ਵਿਸ਼ ਕਰਦੇ ਕਿ ਇਦਾਂ ਦੇ ਪ੍ਰੋਜੈਕਟਸ ਵੀ ਇੱਥੇ ਬਣਨ, ਹੈ ਨਾ? ਬਿਲਕੁਲ ਬਣਨਗੇ ਜੀ, ਆਉਣ ਵਾਲੇ ਸਮੇਂ 'ਚ ਤੁਹਾਨੂੰ ਤੁਸੀਂ ਦੇਖੋਗੇ ਕਿ ਸਟੈਪ ਬਾਈ ਸਟੈਪ ਜਿਵੇਂ ਜਿਵੇਂ ਰਿਕਵਰੀਆਂ ਵੱਡੀਆਂ ਹੁੰਦੀਆਂ ਜਾਣਗੀਆਂ, ਉਸ ਤਰ੍ਹਾਂ ਪ੍ਰੋਜੈਕਟ ਵੱਡੇ ਬਣਦੇ ਜਾਣਗੇ, ਸੋਚੇ ਜਾਣਗੇ, ਅਸੀਂ ਵੀ ਸੋਚਦੇ ਰਹਿੰਦੇ ਹਾਂ ਵੀ, ਡਿਸਕਸ ਵੀ ਕਰਦੇ ਰਹਿੰਦੇ ਵੀ ਆਹ ਬਣਨਾ ਚਾਹੀਦਾ, ਫਿਰ ਕਈ ਵਾਰੀ ਬਜਟ ਤੋਂ ਵਾਪਸ ਥੱਲੇ ਨੂੰ ਫਿਰ ਆਉਣਾ ਪੈਂਦਾ ਕਿ ਨਹੀਂ ਵਾਇਬਲ ਨਹੀਂ ਹੈਗਾ, ਤਾਂ ਉਹ ਚੀਜ਼ਾਂ ਜਲਦੀ ਹੋਣਗੀਆਂ। ਨਹੀਂ, ਪਰ ਹੁਣ ਤਾਂ ਤੁਸੀਂ ਪ੍ਰੋਡਿਊਸਰ ਵੀ ਬਣ ਗਏ ਹੋ ਨਾ? ਬਿਲਕੁਲ ਬਿਲਕੁਲ। ਅੱਛਾ, ਜਿਹੜੀ ਸਟੱਡੀ ਕੀਤੀ ਉਹ ਉਸ ਕੰਮ ਵਿੱਚ ਆਉਣ ਲਈ ਇੰਨਾ ਇੰਨਾ ਟਾਈਮ ਕਿਉਂ ਲਗਾ ਦਿੱਤਾ? ਕਮਰਸ ਪੜ੍ਹੇ ਹੋ ਤੁਸੀਂ, ਹੈ ਨਾ, ਅਤੇ ਹੁਣ ਕਿਉਂ ਪ੍ਰੋਡਿਊਸਰ ਇੰਨਾ ਲੇਟ? ਨਹੀਂ, ਉਹ ਤਾਂ ਫਿਰ ਸਟੈਪ ਬਾਈ ਸਟੈਪ, ਦੇਖੋ ਪ੍ਰੋਡਿਊਸਰ ਹੁਣ ਟਾਈਮ ਸੀ ਪਰਫੈਕਟ, ਵੱਡੀ ਜੌਬ ਹੁੰਦੀ ਹੈ ਪ੍ਰੋਡਿਊਸਰ 'ਤੇ, ਉਹ ਬੜਾ ਮੁਸ਼ਕਿਲ ਹੁੰਦਾ ਕੰਮ, ਅਤੇ ਜਦੋਂ ਟੈਕਨੀਕਲੀ ਕ੍ਰੀਏਟਿਵ ਕੰਮ ਕਰਨਾ ਉਹ ਮੈਚ ਨਹੀਂ ਕਰਦੀਆਂ ਦੋਨੇ ਚੀਜ਼ਾਂ, ਉਹ ਇਸ ਕਰਕੇ ਥੋੜ੍ਹਾ ਜਿਹਾ ਇਸ ਚੀਜ਼ ਤੋਂ ਦੂਰ ਭੱਜੀਦਾ ਕਿ ਕ੍ਰੀਏਟਿਵ ਜਿਹੜੇ ਕੰਮ 'ਚ ਜ਼ਿਆਦਾ ਮਜ਼ਾ ਆਉਂਦਾ ਉਹ ਕਰਨ ਅੱਛਾ ਲੱਗਦਾ ਜੀ। ਟੈਲੀਵਿਜ਼ਨ ਔਰ ਲੱਡੂ ਬਰਫੀ ਜਿਹੜੇ ਤੁਹਾਡੇ ਪ੍ਰੋਜੈਕਟਸ ਹੈਗੇ ਆ ਨਾ, ਇਸੇ ਸਾਲ ਉਹ ਬਿਲਕੁਲ ਇਸੇ ਸਾਲ ਹੀ ਉਹ ਸਕਰੀਨ 'ਤੇ ਦਰਸ਼ਕਾਂ ਸਾਹਮਣੇ ਆ ਜਾਣਗੇ, ਬਿਲਕੁਲ ਰੈਡੀ ਨੇ, ਬਹੁਤ ਜਲਦੀ ਆਉਣ ਵਾਲੇ ਨੇ ਜੀ। ਟੈਲੀਵਿਜ਼ਨ ਟੈਲੀਵਿਜ਼ਨ 'ਤੇ ਆਊਗੀ, ਪਹਿਲੇ ਥੀਏਟਰ 'ਚ ਆ ਕੇ ਟੈਲੀਵਿਜ਼ਨ 'ਤੇ ਆਊਗੀ, ਅਤੇ ਲੱਡੂ ਬਰਫੀ ਵੀ ਆਊਗੀ, ਹੈ ਨਾ? ਬਿਲਕੁਲ। ਸੋ ਸਰ, ਫਾਈਨਲੀ ਥੈਂਕ ਯੂ ਵੈਰੀ ਮੱਚ, ਤੁਸੀਂ ਇੱਥੇ ਆਏ ਔਰ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਸੋ ਉਮੀਦ ਕਰਦੇ ਹਾਂ ਜਿਹੜੇ ਵੀ ਤੁਹਾਡੇ ਪ੍ਰੋਜੈਕਟਸ ਹੈਗੇ ਆਉਣ ਵਾਲੇ ਔਰ ਜਿਹੜੇ ਪਿੱਛੇ ਤੱਕ ਗਏ ਉਹਦਾ ਤਾਂ ਮੁਬਾਰਕਾਂ ਮੈਂ ਤੁਹਾਨੂੰ ਪਹਿਲੇ ਦੇ ਚੁੱਕੀ ਹਾਂ, ਸੋ ਜਿਹੜੇ ਆਉਣ ਵਾਲੇ ਬਹੁਤ ਵਧੀਆ ਰਿਸਪੋਂਸ ਨੂੰ ਮਿਲੇ। ਥੈਂਕ ਯੂ ਵੈਰੀ ਮੱਚ ਸਰ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੋ ਇਹ ਸੀ ਮੇਰੇ ਨਾਲ ਸਿਮਰਜੀਤ ਸਿੰਘ, ਸੋ ਅਗਲੇ ਹਫ਼ਤੇ ਜਾਂ ਅਗਲੀ ਵਾਰ ਕਿਸੇ ਹੋਰ ਕਲਾਕਾਰ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ, ਤੁਹਾਡੀ ਮੁਖਾਤਿਬ ਕਰਾਵਾਂਗੇ, ਪਰ ਹੁਣ ਤਾਂ ਵੇਲਾ ਹੋ ਚੁੱਕਿਆ ਤੁਹਾਡੇ ਤੋਂ ਸਭ ਤੋਂ ਵਿਦਾ ਲੈਣ ਦਾ, ਮੈਨੂੰ ਯਾਨੀ ਕਿ ਨੇਹਾ ਮਨਹਾਸ ਨੂੰ ਦਵੋ ਇਜਾਜ਼ਤ, ਬਟ ਤੁਸੀਂ ਜਗਬਾਣੀ ਟੀਵੀ ਐਂਡ ਬਾਲੀਵੁੱਡ ਤੜਕਾ ਪੰਜਾਬੀ ਦੇ ਨਾਲ ਜੁੜੇ ਰਹਿਣਾ ਹੈ। ਸਤਿ ਸ਼੍ਰੀ ਅਕਾਲ।